RSS joins hands with Christian communities to form new association Save Our Nation India RSS ne keha je assi bahut katodardari lavange assi da coordinate karange tade sare ode do agenda jehde is save our nation india de ohna ne ditte ode ch ohna ne ik ik ta anti drug campaign ke jeh drug da aur dusra lavjihad ਦਿਕਵਾਸੇ ਮੌਨ ਪਾਕਵਤ ਜਿਹੜਾ ਉਹ ਇਹ ਕਹਿ ਰਿਹਾ ਜੀ ਜਦੋਂ ਮੁਸਲਮਾਨ ਲਫ਼ਜ਼ ਕਾਫਰ ਕਹਿੰਦੇ ਨੇ ਉਹ ਕੋਈ ਹਿੰਦੂਆਂ ਦੇ ਲਈ ਕੋਈ ਡਰਾਗਟਰੀ ਲਫ਼ਜ਼ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਜਹਾਦੀ ਕਹਿਣਾ ਇਹ ਠੀਕ ਹੈ ਉਹ ਇਸਲਾਮਿਕ ਵਰਲਡ ਨੂੰ ਵੀ ਇੱਕ ਕਿਸਮ ਦਾ ਜਿਹੜਾ ਉਹ ਬਾਮਰਾਣ ਦੀ ਕੋਸ਼ਿਸ਼ ਹੈ ਬਾਹਰ ਪਰ ਅੰਦਰੋਂ ਨੀਤੀਆਂ ਉਹਨਾਂ ਦੀਆਂ ਬਰਾਬਰ ਜਾ ਰਹੀ ਨੇ the new organization is being formed as a continuation of the debates held under under rss and church leadership it has been hinted that organization would take up the subject such as love jihad ek passe kerala de vich muslimana nu isolate kita jayega usda fayda chuk ke christians nu taal <todic> bana ke baki ਪਾਵਾਂ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਅਗੇਂਸਟ ਇਸ ਨੂੰ ਪੁਖਤਾਇਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕੁਮ ਆ ਦਾਬੜਸ ਮਹਾ ਤੁਹਾਡੀ ਹੋਸਟ ਨੀਰਮਕੌਰਤ ਮਾ ਟੀਵੀ ਦੇ ਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕੰਦਿਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਲ ਸੰਤ ਤਰਸਨ ਚਾਲਕ ਡਾਕਟਰ ਮੁਰਜੀ ਸਿੰਘ ਜੀ ਰੋਜ਼ਾਨਾ ਇਤਰਾ ਸਟੂਡੀਓ ਚ ਮੈਨਾਂ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਸ਼੍ਰੀ ਸੁਪੁਰਾਣਾ ਤੋਂ ਉਹਨਾਂ ਦਾ ਤਜ਼ੀਆ ਚਾਹੁੰਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ कौर ਜੀ ਤੁਹਾਨੂੰ ਵੀ ਦੁਨੀਆ ਪਰਚੇ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀ ਬਿਊਟੀ ਫੋਰ ਦੇ ਵਿਊਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੈਣਾ ਪ੍ਰਾਵਾ ਨੂੰ ਅਸਲਾਮੁਅਲੈਕਮ ਜੀ ਰਾਤ ਸਭ ਜੀਆ ਨੂੰ ਪ੍ਰੋਗਰਾਮ ਸੱਚੋ ਸੱਚ ਵੇ ਬਹੁਤ ਮਿਹਰਬਾਨੀ ਜੀ ਰਾਤ ਸਭਾ ਜੁਨੀ 1 ਅਕਤੂਬਰ 2022 5 ਕੱਤਕ ਨਾਨਕਸ਼ਹੀ ਸਮਤ 554 ਦਾ ਦਿਨ ਹੈ ਜੀ ਰਾਤ ਸਭਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਨਾਤੀ ਸ੍ਰੋទਿਆਨ ਉਮੇਸ਼ਾ ਤਰੰਦਾਸ ਜੀ ਵੀਵਰ ਸਾ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇਕਵ ਇੱਕ ਚੈਨਲ ਟੀਵੀ ਜੀ ਫੋਨੋਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਰਚਨ ਕੇਬਲ ਬੈਲਪੈਪ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵੀਰਸ ਜੇ ਤੁਸੀਂ TV84 ਨਾ ਦੇ ਪ੍ਰੋਗਰਾਮ ਸੱਚਾ ਸਾਚ ਨਾਲ ਫੇਸਬੁਕ ਰਾਹੀਂ ਜੁੜੇ ਤਸੰਤਵਾਦ ਦਾ ਲਾਈਕ ਕਰੋ ਤੇ ਸ਼ੇਅਰ ਕਰੋ ਆ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਜੀ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਸਾਨੂੰ ਤੁਸੀਂ 24 ਆਰਜ਼ ਦੇਖ ਸਕਦੇ ਹੋ ਪਿਉਅਰਸ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਆ ਆਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚਾ ਸਚਨ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਵੀਰ ਭਗਵਿੰਦਰ ਸਿੰਘ ਜੀਰਾਂ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਸਮੂਹੀ ਟੀਮ ਅਤੇ ਖਾਸ ਕਰਕੇ ਡਾਕਟਰ ਮਨਜੀਤ ਸਿੰਘ ਜੀ ਦਾ तहे ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਪੱਖ ਉਸਾਰਨ ਵਿੱਚ ਚੰਗਾ ਕੰਮ ਕਰ ਰਹੇ ਹੋ ਦਰਸ਼ਕਾਂ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਹਰ ਕੋਈ ਆਪਣਾ ਦਸਵੰਧ ਕੱਢੇ ਅਤੇ ਟੀਵੀ 84 ਸਮੇਤ ਕੌਮੀ ਘਰ ਦੀ ਪ੍ਰਾਪਤੀ ਲਈ ਚੱਲ ਰਹੀ ਕਾਰਜਾਂ ਵਿੱਚ ਵਾਦ ਚੜ ਕੇ ਹਸਪਾਲ ਸੋ ਆਈ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭਪਿੰਦਰ ਸਿੰਘ ਜੀ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸੰਕਾਲ ਕਾਰਜ ਦੇ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੁਸੀਂ ਈਮੇਲ ਵੀ ਕਰ ਸਕਦੇ ਹੋ info@tvreport.tv ਤੇ ਸੋ ਵਿਊਰਸ ਆ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਆ ਆਰਐਸਐਸ ਦੇ ਹਵਾਲੇ ਨਾਲ ਕਿ ਆਰਐਸਐਸ ਵੱਲੋਂ ਘਟ ਗਿਣਤੀਆਂ ਨੂੰ ਆਪਸ ਵਿੱਚ ਪੜਾਉਣ ਦੀ ਜਿਹੜੀ ਗੰਦੀ ਹੈ ਉਹ ਖੇਡ ਖੇੜੀ ਜਾ ਰਹੀ ਹੈ। ਕਾਰਵਾਪਸੀ ਮਹਿੰਮ ਨਾਂ ਦੇ ਥੱਲੇ ਮੁਸਲਮਾਨਾਂ ਅਤੇ ਇਸਾਈਆਂ ਨੂੰ ਜ਼ਬਰਦਸਤ ਸ਼ਿਕਾਰ ਬਣਾਉਣ ਵਾਲੇ ਹਿੰਦੂ ਤਮੀਆਂ ਨੇ ਹੁਣ ਇਸਾਈਆਂ ਨੂੰ ਆਪਣੀ ਜਿਹੜੀ ਵਕਤੀ ਤੌਰ ਤੇ ਆਪਣੀ ਜਿਹੜੀ ਬੁੱਕਲ ਵਿੱਚ ਲੈ ਲਿਆ ਹੈ ਔਰ ਕਰਨਾ ਵਿੱਚ ਆਰਐਸਐਸ ਅਤੇ ਇਸਾਈ ਚਰਚ ਵੱਲੋਂ ਇੱਕ ਸਾਂਝੀ ਸੰਸਥਾ ਸੇਵ आवर ਨੇਸ਼ਨ ਇੰਡੀਆ ਬਣਾਈ ਗਈ ਹੈ। ਹੁਣ ਇਹ ਸਮਝਣਾ ਸੌਖਾ ਹੋ ਗਿਆ ਹੈ ਕਿ ਪੰਜਾਬ ਵਿੱਚ ਜਾਲੀ ਇਸਾਈ ਪੈਸਟਰਾਂ ਵੱਲੋਂ ਸਿੱਖਾਂ ਅਤੇ ਸਿੱਖੀ ਦੇ ਖਿਲਾਫ ਕੀਤੇ ਗਏ ਕੀਤੇ ਜਾ ਰਹੇ ਪ੍ਰਚਾਰ ਤੇ ਆਰਐਸਐਸ ਖਾਮੋਸ਼ ਕਿਉਂ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਅਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਰ ਸਭ ਕੀ ਵਿਚਾਰਾਂ ਨੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟ੍ਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ ਜਿਵੇਂ ਉਹਨਾਂ ਨੇ ਪਹਿਲਾਂ ਵੀ ਉਹ ਹਮੇਸ਼ਾ ਸਪੋਰਟ ਕਰਦੇ ਨੇ ਸਮੇਂ-ਸਮੇਂ ਸਪான்ਸਰ ਕਰਦੇ ਨੇ ਔਰ ਮੈਸੇਜ ਉਹਨਾਂ ਦਾ ਕਿ ਭਾਈ ਕੌਮੀ ਘਰ ਦੀ ਉਸਾਰੀ ਲਈ ਔਰ ਅੱਜ ਦੇ ਇਸ ਯੁੱਗ ਵਿੱਚ ਜਿੱਥੇ ਮੀਡੀਆ ਇੱਕ ਪਾਵਰਫੁੱਲ ਹਥਿਆਰ ਬਣ ਕੇ ਜਿਹੜੇ ਇਸ਼ੂ ਨੇ ਉਹਨਾਂ ਦੇ ਵਿੱਚ ਡਿਸੀਸਿਵ ਰੋਲ ਅਦਾ ਕਰਦਾ ਹੈ ਉੱਥੇ ਅਸੀਂ ਪੰਥਕ ਮੀਡੀਆ ਦੀ ਹਮਾਇਤ ਕਰੀਏ ਉਹ ਦਸਵੰਦ ਦਾ ਰਹਿ ਸਾਡੇ ਗੁਰੂ ਸਾਹਿਬਾਨ ਦਾ ਇਹ ਸਾਡੇ ਲਈ ਹੁਕਮ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਲੋੜਵੰਦਾਂ ਲਈ ਕੌਮੀ ਕਮਾ ਲਈ ਗੁਰਦੁਆਰਾ ਸਾਹਿਬਾਨ ਲਈ ਔਰ ਜਿਹੜੇ ਵੀ ਜਿਵੇਂ ਮੈਂ ਇਹ ਕਿਹਾ ਸੀ ਇਹ ਦਸਵੇਂ ਪਾਸ਼ਾ ਦਾ ਫਰਮਾਨ ਹੈ ਅਸੀਂ ਰਹਿਤਨਾਮਿਆਂ 'ਚ ਦੇਖਦੇ ਹਾਂ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ ਕਿ ਜਦੋਂ ਤੁਸੀਂ ਲੋੜਵੰਦਾਂ ਦੀ ਮਦਦ ਕਰਦੇ ਹੋ ਤਾਂ ਸਮਝੋ ਗੁਰੂ ਦੀ ਗੋਲਕ ਦੇ ਵਿੱਚ ਇਹ ਪਹੁੰਚ ਗਿਆ ਅੱਛਾ ਔਰ ਜ਼ਾਰ ਹੈ ਕਿ TV84 ਫਾਈਨੈਂਸ਼ੀਅਲ ਹਾਰਡਸ਼ਿਪਸ ਦੇ ਬਾਵਜੂਦ ਔਰ ਖਾਸ ਤੌਰ ਤੇ ਸਾਡੇ ਲਈ ਇੱਕ ਪਰਸਨਲ ਬਹੁਤ ਵੱਡਾ ਸ਼ੌਕ ਸੀ ਹੈ ਡਾਕਟਰ ਰஞ்சிਤ ਸਿੰਘ ਔਰਾਂ ਦਾ ਵਿਛੋੜਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਨੂੰ ਅਸੀਂ ਫਾਰਮ ਫੂਟਿੰਗ ਦੇ ਉੱਤੇ ਕਰੀਏ ਫਾਈਨੈਂਸ਼ੀਅਲੀ ਵੀ ਅਦਰਵਾਈਜ਼ ਵੀ ਪ੍ਰੋਗਰਾਮਾਂ ਦੇ حوالے ਨਾਲ ਵੀ ਕੁਛ ਤਾਂ ਕੁਛ ਡਾਈਵਰਸਿਟੀ ਪੈਦਾ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜੀ ਹਾਲਾਂ ਕਿ ਕਿੰਨੇ ਕੱਸੀ ਕਾਮਯਾਬ ਹੋਵਾਂਗੇ ਡਿਪੈਂਡ ਕਰੇਗਾ ਸਾਡੇ ਸਪੋਰਟ ਬੇਸ ਤੇ ਉੱਤੇ ਬਿਲਕੁਲ ਕਿ ਸਾਡੇ ਟੀਵੀ 84 ਦੇ ਵਿਊਰਸ ਕਿਵੇਂ ਇਸ ਪ੍ਰੋਜੈਕਟ ਨੂੰ ਅੱਗੇ ਤੋਰਦੇ ਨੇ ਸੋ ਅਸੀਂ ਵੀਰ ਭਪਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਜੀ ਅ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਖਾਸ ਤੌਰ ਤੇ ਇੱਕ ਸੈਂਸਿਟਿਵ ਇਸ਼ੂ ਵੀ ਹੈ ਕਿਉਂਕਿ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਆਪਣੀ ਗੱਲ ਕਰਦੇ ਆ ਕਿਤੇ ਉਸ ਲਾਈਨ ਨੂੰ ਕਰਾਸ ਨਾ ਕਰੀਏ ਜਦੋਂ ਪੜਕਾਟ ਪੈਦਾ ਕੀਤੀ ਜਾਂਦੀ ਹੈ ਜੋ ਏਜੰਸੀਆਂ ਦਾ ਕੰਮ ਹੁੰਦਾ ਹੈ ਖਾਸ ਤੌਰ ਤੇ ਅ ਅਕਸਰ ਜਦੋਂ ਹਿੰਦੂ ਤੋਂ ਵੀ ਇਹ ਪ੍ਰੋਪਾਗੈਂਡਾ ਕਰਦੇ ਨੇ ਅੰਗਰੇਜ਼ਾਂ ਦੇ ਖਿਲਾਫ ਤਾਂ ਉਹ ਘੱਟ ਸੂਈ ਰੱਖਦੇ ਹੈ ਜ਼ਿਆਦਾ ਤੋਂ ਸਾਰਾ ਜਿਹੜੀ ਗੁਲਾਮੀ ਹੈ ਉਹ ਮੁਗਲਾਂ ਦੀ ਔਰ ਉਸ ਤੋਂ ਬਾਅਦ ਫਿਰ ਮੁਸਲਮਾਨ ਉਸ ਨੂੰ ਬਣਾ ਦਿੰਦੇ ਨੇ ਉਸ ਕਹਾਣੀ ਨੂੰ ਜ਼ਿਆਦਾ ਡਿਵਾਈਡ ਕਰਦੇ ਨੇ ਜ਼ਿਆਦਾ ਪ੍ਰਚਾਰਦੇ ਨੇ ਅੰਗਰੇਜ਼ਾਂ ਦੇ ਹਵਾਲੇ ਨਾਲ ਤਾਂ ਇੱਕ ਜਿਹੜਾ ਹੈ ਉਹ ਅਕਸਰ ਇਹ ਗੱਲ ਪ੍ਰਚਾਰੀ ਜਾਂਦੀ ਹੈ ਜੀ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਪਣਾਈ ਜੀ ਕਿ ਵੰਡੋ ਤੇ ਰਾਜ ਕਰੋ ਬਿਲਕੁਲ ਹਾਲਾਂ ਮੈਂ ਸਮਝਦਾ ਹਾਂ ਵੀ ਇਹ ਇਸ ਆਰਟ ਦੇ ਵੰਡੋ ਤੇ ਰਾਜ ਕਰੋ ਦੇ ਜੇ ਕੋਈ ਰੀਅਲ ਉਹਦੇ originator ਨੇ ਜਾਂ real ਜਨਮਦਾਤਾ ਨੇ ਤੇ ਉਹ ਬ੍ਰਾਹਮਣ ਸਿਸਟਮ ਵਾਲੇ ਜਿਨ੍ਹਾਂ ਨੇ ਵਰਣ ਆਸ਼ਰਮ ਬਣਾਇਆ ਕਿਉਂਕਿ ਜਾਤੀ ਸਿਸਟਮ ਤੋਂ ਵੱਧ ਕੇ ਡਿਵਾਈਡ ਕਰਨ ਵਾਲਾ ਹੋਰ ਕੋਈ ਸਿਸਟਮ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਾਨੂੰ ਨਹੀਂ ਮਿਲਦਾ ਜਿੱਥੇ ਜਨਮ ਤੋਂ ਹੀ ਵੱਖਰੇਵਾ ਪਾ ਦਿੱਤਾ ਗਿਆ ਜਦੋਂ ਅਸੀਂ ਬ੍ਰਾਹਮਣ क्षत्रिय ਵੈਸ਼ ਸ਼ੂਦਰ ਉਹਨਾਂ ਦਾ ਜਨਮ ਦੇ ਨਾਲ ਇਨਕੁਆਲਿਟੀ ਦਾ கான்ਸੈਪਟ ਇੱਕ ਤਾਂ ਕਲਾਸ கான்ਸੈਪਟ ਤਾਂ ਯੂਰਪ ਦੇ ਵਿੱਚ ਵੀ ਰਿਹਾ ਹੈ ਬ੍ਰਿਟਿਸ਼ ਸੁਸਾਇਟੀ ਫ੍ਰੈਂਚ ਕੇ ਜਿਹੜੇ ਹੈਵਜ਼ ਨੇ ਦਰਬਾਰੀ ਨੇ ਜਾਂ ਜਿਹਨੂੰ ਕਲੀਨ ਵਰਗ ਕਹਿੰਦੇ ਸੀ ਉਹ ਇੱਕ ਵੱਖਰੀ ਕਲਾਸ ਬਣ ਜਾਂਦੇ ਸੀ ਪਰ ਇਹ ਕਾਸ ਸਿਸਟਮ ਇਸ ਲੈਵਲ ਦੇ ਉੱਤੇ ਉਹਨਾਂ ਨੇ ਬਣਾਇਆ ਜਿਹੜਾ 4000 ਸਾਲ ਤੋਂ ਇਹਦੇ باوجود ਕਿੰਨਾ ਵਕਤ ਬੀਤਿਆ ਕਿੰਨਾ ਪਾਣੀ ਭਾਰਤ ਦੇ ਦਰਿਆਵਾਂ ਚੋਂ ਗੁਜ਼ਰਿਆ ਕਿੰਨੇ ਹਾਕਮ ਆਏ ਚਲੇ ਗਏ ਲੇਕਿਨ ਕਾਸ ਸਿਸਟਮ ਪੂਰੀ ਤਰ੍ਹਾਂ ਇੰਟੈਕਟ ਹੀ ਨਹੀਂ ਉਸ ਨੂੰ ਰਿਲੀਜੀਅਸਲੀ ਫਾਲੋ ਕੀਤਾ ਜਾਂਦਾ ਔਰ ਅੱਜ ਵੀ ਖਲਾਇ ਇੱਕ ਧਾਰਮਿਕ ਪਿੰਡ ਦੇ ਵਿੱਚ ਨਹੀਂ ਹੈ ਜਾਂ ਇੱਕ ਨਸਲੀ ਡਿਵੀਜ਼ਨ ਸੀ ਨਹੀਂ ਹੈ ਤੁਸੀਂ ਸਮਾਜਿਕ ਆਰਥਿਕ ਸਿਆਸੀ ਹਰ ਸ਼ੋਬੇ ਦੇ ਵਿੱਚ ਦੇਖੋਗੇ ਔਰ ਇਹ ਇਸ ਸਾਰੇ ਸਿਸਟਮ ਨੂੰ ਦੇਣ ਵਾਲੇ ਬ੍ਰਾਹਮਣ ਜਿਨ੍ਹਾਂ ਨੇ ਵਰਣ आश्रम देन ਆ ਥੱਲੇ ਵਰਣ ਵਿਵਸਥਾ ਕਰੀਏਟ ਕੀਤੀ ਲੇਕਿਨ ਉਹ ਜਿਹੜੇ ਖੁਦ ਇਨਸਾਨੀ ਸਮਾਜ ਨੂੰ ਵੰਡਣ ਵਾਲੇ ਨੇ ਉੱਚਾ ਨੀਵਾ ਜਿਹੜਾ ਉਹ ਵਰਗ ਬਣਾਉਣ ਵਾਲੇ ਨੇ ਉਹ ਹਮੇਸ਼ਾ ਜਦੋਂ ਬ੍ਰਿਟਿਸ਼ ਦੀ ਗੱਲ ਕਰਨਗੇ ਤੇ ਉਹਨਾਂ ਨੂੰ ਡਿਵਾਈਡ ਐਂਡ ਰੂਲ ਦੇ ਮਾਸਟਰ ਦੱਸਣਗੇ ਜੀ ਕਿ ਉਹਨਾਂ ਨੇ ਜਿਹੜਾ ਇਸ ਦੇ ਥੱਲੇ ਰਾਜ ਕੀਤਾ ਹੈ ਔਰ ਉਦੇ ਚ ਇੱਕ 파ਟ ਜ਼ਾਰ ਹੈ ਕਿ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਖਾਸ ਤੌਰ ਤੇ ਜਦੋਂ ਸੀ ਹਿੰਦੂ ਤਵਾ ਤੇ ਅੱਗੋਂ ਫੋਕਸ ਕਰਦੇ ਕਿ ਜੇ ਕਾਇਦ ਆਜ਼ਮ ਮੁਹੰਮਦ ਅਲੀ ਜਿੰਨ ਸਿਆਣਪ ਤੋਂ ਕੰਮ ਨਾ ਰਹਿੰਦੇ ਜਾਂ ਇਹਨਾਂ ਦੇ ਸੈਕੂਲਰ ਲਬਾਦੇ ਥੱਲੇ ਲੁਕਿਆ ਹੋਇਆ ਗਾਂਧੀ ਨਹਿਰੂ ਦੇ ਜਿਹੜਾ ਉਹ ਫਿਰਕੂ ਹਿੰਦੂ ਨਾ ਦੇਖਦੇ ਤੇ ਉਹ ਵੀ ਇਹਨਾਂ ਦੀ ਇਸ ਯੂਨਿਟੀ ਇੰਟੈਗ੍ਰਿਟੀ ਦੇ ਨਾਂ ਥੱਲੇ ਜਾਂ ਇੱਕ ਸਮਾਜ ਦਾ ਇੱਕ ਭਾਰਤ ਦੇ ਨਾਂ ਥੱਲੇ ਜੇ ਫਸ ਜਾਂਦੇ ਤੇ ਹਾਲ ਪਾਕਿਸਤਾਨ ਦੇ ਜਾਂ ਬੰਗਲਾਦੇਸ਼ ਦੇ ਮੁਸਲਮਾਨਾਂ ਦਾ ਵੀ ਉਹੀ ਹੁੰਦਾ ਜੋ ਅੱਜ 20 ਕਰੋੜ ਮੁਸਲਮਾਨਾਂ ਦਾ ਹੋ ਰਿਹਾ ਸੋ ਇਸ ਲਈ ਹਿੰਦੂ ਤਵੀਆਂ ਨੇ ਕਦੇ ਵੀ ਸੰਤਾੜੀ ਦੀ ਮੁਲਕਵੰਡ ਨੂੰ ਕਬੂਲ ਨਹੀਂ ਕੀਤਾ ਔਰ ਜਦੋਂ ਉਹ ਡਿਵਾਈਡਡ ਰੂਲ ਦੀ ਗੱਲ ਕਰਦੇ ਨੇ ਉਹ ਸਿਰਫ 200 ਸਾਲ ਦੇ ਉਹਨਾਂ ਦੇ ਰਾਜ ਦੀ ਨੀਤੀ ਦੀ ਗੱਲ ਹੀ ਨਹੀਂ ਕਰਦੇ ਉਹ ਈਵਨ ਕਿ ਜਾਣ ਲੱਗੇ ਵੀ ਅੰਗਰੇਜ਼ ਜਿਹੜੇ ਨੇ ਉਹ ਖੰਡ ਭਾਰਤ ਨੂੰ ਖੰਡ-ਖੰਡ ਕਰ ਗਏ ਉਸ ਦੇ ਟੁਕੜੇ ਕਰ ਦਿੱਤੇ ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਹਿੰਦੂਤਵਾਦ ਦਾ ਏਜੰਡਾ ਹੈ ਜਿਸ ਨੇ ਬੜੀ ਚਲਾਕੀ ਦੇ ਨਾਲ ਜਿਹੜੇ ਤਿੰਨ ਵੱਡੇ ਮਜ਼ਹਬ ਜਿਹੜੇ ਉਸ ਧਰਤੀ ਦੇ ਉੱਤੇ ਬ੍ਰਾਹਮਣਵਾਦ ਨੂੰ ਸਿੱਧਾ-ਸਿੱਧਾ ਚੈਲੰਜ ਕਰਦੇ ਸੀ ਕਰਦੇ ਨੇ ਬੋਧ ਧਰਮ ਜੈਨ ਧਰਮ ਔਰ ਸਿੱਖ ਧਰਮ ਉਹਨੂੰ ਤਾਂ ਉਹਨਾਂ ਨੇ ਆਰਟੀਕਲ 25b ਦੇ ਥੱਲੇ ਭਾਰਤੀ ਸੰਵਿਧਾਨ ਦੇ ਵਿੱਚ ਹੀ ਜਿਹੜਾ ਉਹ ਡੈਥ ਕੇਸ ਦੇ ਨਾਲ ਮਾਰ ਦਿੱਤਾ ਕਿਉਂਕਿ ਉਹਨਾਂ ਨੂੰ Hindu ਧਰਮ ਦਾ ਹਿੱਸਾ ਦੱਸਤੇ ਆਂ ਆਰਟੀਕਲ 25b ਜਿਸ ਚ ਜਿਹੜੇ ਕਾਨੂੰਨ ਨੇ Hindu ਜਿਹਨੂੰ ਉਹਨਾਂ ਨੇ ਆਪਣੇ ਆਪ ਨੂੰ ਮੁਖਤਾਰਾ ਬਣਾਇਆ ਔਰ ਬਾਅਦ ਦੇ ਵਿੱਚ ਇਵਨ ਜਸਟਿਸ ਮਾਰਕੰਡੇ ਜਦੋਂ ਕਿ ਸੁਪਰੀਮ ਕੋਰਟ ਦੇ ਬੈਂਚ ਦੇ ਸੀ ਇੱਕ ਫੈਸਲਾ ਜਿਸ ਨੂੰ ਜਿਸ ਕੇਸ ਨੂੰ ਰਾਮਜੀਤ ਮਲਾਨੀ ਜਿਹੜਾ ਉਸ ਵੇਲੇ ਭਾਜਪਾ ਦਾ ਵਾਈਸ ਪ੍ਰੈਜ਼ੀਡੈਂਟ ਸੀ ਉਹ ਸੁਪਰੀਮ ਕੋਰਟ ਚ ਲੈ ਕੇ ਗਿਆ ਔਰ ਸੁਪਰੀਮ ਕੋਰਟ ਤੋਂ ਫੈਸਲਾ ਲਿਆ ਕਿ Hindu ਦਾ ਮਤਲਬ ਹਰ ਇਸ ਦੇਸ਼ ਚ ਰਹਿਣ ਵਾਲਾ ਵਚੰਦਾ ਹੈ ਔਰ Hindu way of life ਹੈ ਇਸ ਲਈ ਸਾਰੇ ਹੀ Hindu ਨੇ ਸੋ ਜ਼ਾਹਰ ਹੈ ਵੀ ਇੱਕ ਪਾਸੇ ਉਹਨਾਂ ਨੇ ਕਾਨੂੰਨੀ ਤੌਰ ਤੇ ਬੋਧੀਆਂ ਜੈਨੀਆਂ ਸਿੱਖਾਂ ਨੂੰ Hindu ਬਣਾਇਆ ਔਰ ਬਾਅਦ ਦੇ ਵਿੱਚ ਅਸੀਂ 1950ਵਿਆਂ ਚ ਦੇਖਦੇ ਹਾਂ ਕਿ Hindu ਸਕੈਸ਼ਨ ਸਕੈਸ਼ਨ ਐਕਟ ਹਿੰਦੂ ਮੈਰਿਜ ਐਕਟ ਹਿੰਦੂ ਅਡਾਪਸ਼ਨ ਐਂਡ ਮਾਈਨੋਰਟੀ ਐਕਟ ਉਹ ਸਾਰੇ ਹੀ 4-5 ਕਾਨੂੰਨਾਂ ਦੇ ਨਾਲ ਉਹਨਾਂ ਨੂੰ ਤਾਂ ਜਿਹੜਾ ਵਿਦ ਅ ਸਟ੍ਰੋਕ ਆਫ ਦਾ ਪੈਨ ਹਿੰਦੂ ਬਣਾਇਆ ਪਰ ਕਿਉਂਕਿ ਮੁਸਲਮਾਨਾ ਇਸਾਈਆਂ ਔਰ ਜ਼ੋਰਾਸਟ੍ਰੀਅਨ ਪਾਰਸੀਆਂ ਔਰ ਯਹੂਦੀਆਂ ਦੇ ਲਈ ਆਲਰੇਡੀ ਸੈਪਰੇਟ ਪਰਸਨਲ ਲਾਅ ਐਗਜ਼ਿਸਟ ਕਰਦੇ ਸੀ ਕਨਸਟੀਟਿਊਸ਼ਨਸ ਉਹਨਾਂ ਨੂੰ ਤਾਂ ਉਹਨਾਂ ਨੇ ਉਹਦੇ ਨਾਲ ਛੇੜਖਾਨੀ ਨਹੀਂ ਕੀਤੀ ਜਾਂ ਕਰ ਨਹੀਂ ਸੀ ਸਕਦੇ ਕਿਉਂਕਿ ਅਜੇ ਮੁਸਲਮਾਨ مولانا ਅਬੁਲ ਕਲਾਮ ਅਜ਼ਾਦ ਜਾਂ ਉਸ ਲੈਵਲ ਦੀ ਲੀਡਰਸ਼ਿਪ ਦੇ ਨਾਲ ਅਜੇ ਪ੍ਰੋਪਰਲੀ ਉਹਨਾਂ ਦੀ ਆਪਣੀ ਸਟਰੈਂਥ ਸੀ ਪਰ ਅਸੀਂ ਦੇਖਦੇ ਆ ਕਿ ਹੌਲੀ 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 ਫਿਰ ਜਦੋਂ 2014 ਦੇ ਵਿੱਚ ਸਿੱਧੀ ਪਾਵਰ ਆਰਐਸਐਸ ਦੀ ਹਕੂਮਤ ਕੋਲ ਆਈ ਮੋਦੀ ਦੀ ਕਮਾਂਡ ਸੱਲੇ ਔਰ ਫਿਰ ਇਹਨਾਂ ਨੇ ਇੱਕ ਜਿਹੜੀ ਮਹਿੰਮ ਸ਼ੁਰੂ ਕੀਤੀ ਘਰ ਵਾਪਸੀ ਔਰ ਘਰ ਵਾਪਸੀ ਦੇ ਨਾਂ ਥੱਲੇ ਕਿਉਂਕਿ ਉਹਨਾਂ ਨੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਤਾਂ ਪਹਿਲਾਂ ਹੀ ਜਿਵੇਂ ਅਸੀਂ ਕਿ ਉਹਨਾਂ ਨੇ ਆਪਣੇ ਜਿਹੜਾ ਉਹ ਸ਼ੈਲਟਰ ਦੇ ਥੱਲੇ ਲੈਣ ਵਾਂਗ ਓਪਨ ਹੌਸਟਾਈਲ ਪਾਲਿਸਿਜ਼ ਨਹੀਂ ਦਿਖਾਈਆਂ ਅੰਦਰੋਂ ਅੰਦਰ ਤਾਂ ਜੋ ਕਰ ਰਹੇ ਨੇ ਉਹਦਾ ਅਸੀਂ ਜ਼ਿਕਰ ਕਰਦੇ ਹਾਂ ਪਰ ਉਹਨਾਂ ਨੇ ਖੁੱਲ ਕੇ ਜਿਹੜਾ ਹੈ ਮੁਸਲਮਾਨਾਂ ਔਰ ਇਸਾਈਆਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹਾਲਾਂ ਇਸਾਈਆਂ ਦੇ ਉੱਤੇ ਜੇ ਅਸੀਂ ਇਸ ਗੱਲ ਦਾ ਧਿਆਨ ਲਈਏ ਕਿ इवन ਜਦੋਂ ਮਦਰ ਟੇਰੇਸਾ ਉਹ ਅਰਾਉਂਡ ਸੀ ਔਰ ਮਦਰ ਟੇਰੇਸਾ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਆਪਣੀ ਸੇਵਾ ਦੇ ਪੱਖ ਦੇ ਉੱਤੇ ਲੇਕਿਨ ਕਦੇ ਵੀ ਆਰਐਸਐਸ ਨੇ ਨਾ ਸਿਰਫ ਉਹਨੂੰ ਕੇ ਵੀ ਕਦੇ ਉਹਨੂੰ ਐਕਨੋਲਜ ਨਹੀਂ ਕੀਤਾ ਰਾਦਰ ਹਮੇਸ਼ਾ ਉਸ ਨੂੰ ਮਾੜੇ ਸ਼ਬਦਾਂ ਦੇ ਨਾਲ ਹੀ ਐਡਰੈਸ ਕਰਦੇ ਰਹੇ ਔਰ ਜਦੋਂ ਇਸਾਈ ਜਥੇਬੰਦੀਆਂ ਨੇ ਇਹ ਇੱਕ ਮਹਿੰਮ ਸ਼ੁਰੂ ਕੀਤੀ ਸੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਿ ਔਰ ਉਸ ਤੋਂ ਪਹਿਲਾਂ ਆਵਾਜਪਾਈ ਦੀ ਸਰਕਾਰ ਵળે ਵੀ ਉਹਨਾਂ ਦੀ ਮੰਗ ਸੀ ਕਿ ਜਿਹੜੀਆਂ ਸਹੂਲਤਾਂ ਜਿਹੜੇ ਬૌਧਿਜੈਨੀ Hindu ਜਾਂ Sikh ਸ਼ੈਡਿਊਲ ਕਾਸਟ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਰਿਜ਼ਰਵੇਸ਼ਨ ਦੀਆਂ ਉਹ ਜਿਹੜੇ ਈਸਾਈ ਸ਼ੈਡਿਊਲ ਕਾਸਟ ਨੇ ਉਹਨਾਂ ਨੂੰ ਵੀ ਦਿੱਤੀਆਂ ਜਾਣ ਕਿਉਂਕਿ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਨੇ ਔਰ ਉਸ ਦੇ ਉੱਤੇ ਆ ਜਿਹੜਾ ਜੰਤਰਮੰਤਰ ਰੋਡ ਦੇ ਉੱਤੇ ਉਹਨੇ ਕਈ ਧਰਨੇ ਵੀ ਦਿੱਤੇ ਦੂਸਰਾ ਵੀ ਹੋਇਆ ਲੇਕਿਨ ਇਹ ਮੰਗ ਕਦੇ ਮੰਨੀ ਨਹੀਂ ਗਈ ਉਸ ਪੀਰੀਅਡ ਚ ਕਿਉਂਕਿ ਜਿਹੜੀ ਮਦਰ ਟੇਰੇਸਾ ਉਹ ਵੀ ਨਾਲ ਆ ਕੇ ਬੈਠੀ ਔਰ ਉਹਨੂੰ ਉਹਨਾਂ ਨੇ ਫਿਰ ਕਾਫੀ ਨੈਗੇਟਿਵਿਟੀ ਉਸ ਦੇ ਉੱਤੇ ਕ੍ਰੀਏਟ ਕੀਤੀ ਜਿਵੇਂ ਕਿ ਉਹਨਾਂ ਨੇ ਇਵਨ ਦਲੀਪ ਕੁਮਾਰ ਜਿਹੜਾ ਸਾਰੀ ਉਮਰ ਜਿਹੜਾ ਉਹਨਾਂ ਦੀ ਫਿਲਮ ਇੰਡਸਟਰੀ ਦੇ ਲਈ ਜਿਹੜਾ ਹੈ ਔਰ ਉਹਨਾਂ ਦੇ ਰੋਲ ਕਦੇ ਉਹ ਰਾਮ ਔਰ ਸ਼ਾਮ ਤੇ ਪਤਾ ਨਹੀਂ ਕੀ ਕੀ ਜਿਵੇਂ ਉਹਨੇ ਖidmat ਕੀਤੀ ਲੇਕਿਨ ਉਹਨੂੰ ਵੀ ਉਹਨਾਂ ਨੇ ਹਮੇਸ਼ਾ ਯੂਸਫ ਖਾਨ ਕਹਿ ਕੇ ਔਰ ਹਮੇਸ਼ਾ ਜਿਹੜਾ ਹੈ ਉਹ ਹਿੰਦੂ ਤਭਿਆ ਦਾ ਵਿਰੋਧੀ ਬਣਾ ਕੇ ਪੇਸ਼ ਕੀਤਾ ਸੋ ਇਹੀ ਮਦਰ ਟੇਰੇਸਾ ਨਾਲ ਵੀ ਹੋਇਆ ਸੋ ਈਸਾਈਆਂ ਦੇ ਨਾਲ ਉਹਨਾਂ ਦੀ ਜਿਹੜੀ ਹੇਟਡ ਸੀ ਔਰ ਉਹ ਹੋਰ ਵੀ ਸਾਹਮਣੇ ਆਈ ਜਦੋਂ ਕਿ ਓਡੀਸਾ ਦੇ ਵਿੱਚ ਖਾਸ ਤੌਰ ਤੇ 1999 ਵਿੱਚ ਖੁੱਲ ਕੇ ਉਹਨਾਂ ਨੇ ਇਸਾਈਆਂ ਦੇ ਚਰਚਸ ਤੇ ਹਮਲੇ ਕੀਤੇ ਔਰ ਜਿਹੜਾ ਇਹ ਕੇਸ ਬੜਾ ਇੰਟਰਨੈਸ਼ਨਲੀ ਜਿਸ ਦੀ ਚਰਚਾ ਹੋਈ ਕਿ ਕਿਵੇਂ ਆਸਟ੍ਰੇਲੀਅਨ ਡਾਕਟਰ ਗ੍ਰਾਮ ਸਟੈਨ ਜਿਹੜਾ ਉੱਥੇ ਪਿਛਲੇ 20 ਸਾਲਾਂ ਤੋਂ ਲੈਪਰੋਸੀ ਦੇ ਪੀਸ਼ੈਂਟਸ ਦੇ ਵਿੱਚ ਕੰਮ ਕਰਦਾ ਸੀ ਕੋੜ ਦੇ ਮਰੀਜ਼ਾਂ ਦੇ ਕਿਵੇਂ ਉਹਨੂੰ ਉਹਦੇ ਦੋ ਪੁੱਤਰਾਂ ਨੂੰ ਜਿਉਂਦੇ ਸਾੜਿਆ ਗਿਆ ਬਜਰੰਗ ਦਲ ਵੱਲੋਂ ਜਿਹੜੀ ਅਗੇਨ ਆਰਐਸਐਸ ਦੀ ਆਊਟਫਿਟ ਸੀ ਔਰ ਉਸੇ ਪੀਰੀਅਡ 'ਚ ਜਿਹੜਾ ਉਹਨਾਂ ਦਾ ਕੰਦਮਾਲ ਸ਼ਾਇਦ ਉਹਦਾ ਡਿਸਟ੍ਰਿਕਟ ਦਾ ਨਾਮ ਹੈ ਓਡੀਸ਼ਾ ਦਾ ਜਿਸ ਦੇ ਵਿੱਚ ਸੈਂਕੜਿਆਂ ਹੋਰ ਚਰਚਾਂ ਤੇ ਹਮਰੇ ਹੋਏ ਔਰ ਬਹੁਤ ਸਾਰੀਆਂ ਕਿਲਿੰਗਸ ਵੀ ਹੋਈਆਂ ਔਰ ਇਹ ਓਡੀਸ਼ਾ ਤੋਂ ਬਾਅਦ ਅਸੀਂ ਇਹੀ ਵਰਤਾਰਾ ਕਰਨਾਟਕਾ 'ਚ ਵੀ ਦੇਖਦੇ ਹਾਂ ਫਿਰ ਯੂਪੀ ਬਿਹਾਰ ਦੇ ਸਕੂਲਾਂ 'ਚ ਵੀ ਦੇਖਦੇ ਹਾਂ ਜੋ ਮੁਸਲਮਾਨਾਂ ਦੇ ਖਿਲਾਫ ਤਾਂ 2014 ਤੋਂ ਖੁੱਲ ਕੇ ਘਰ ਵਾਪਸੀ ਦੇ ਨਾਂ ਥੱਲੇ ਔਰ ਫਿਰ ਲਵ ਜਿਹਾਦ ਔਰ ਕਾਉ ਵਿਜੀਲੈਂਟੇ ਹੋਇਆ ਲੇਕਿਨ ਇਸਾਈਆਂ ਦੇ ਖਿਲਾਫ ਖਾਸ ਤੌਰ ਤੇ ਟ੍ਰਾਈਬਲ 벨ਟ ਦੇ ਵਿੱਚ ਵੀ ਉਹ ਛੱਤੀਸਗੜ੍ਹ ਹੋਏ ਔਰ ਉਹ ਈਵਨ ਉਹ ਰੀਜਨ ਜਿਹੜੇ ਉੜੀਸਾ ਤੋਂ ਇਲਾਵਾ ਵੀ ਕਰਨਾਟਕਾ ਜਾਂ ਮਹਾਰਾਸ਼ਟਰਾ ਕਿਉਂਕਿ ਇਸਾਈ ਮਿਸ਼ਨਰੀ ਆ ਜਿਹੜੇ ਟ੍ਰਾਈਬਲ ਏਰੀਆਜ਼ ਨੇ ਉਹਨਾਂ ਦੇ ਵਿੱਚ ਕੰਮ ਵੀ ਕਰਦੇ ਨੇ ਸਕੂਲ ਵੀ ਹਸਪੀਟਲਸ ਵੀ ਔਰ ਜ਼ਾਹਰ ਕਨਵਰਸ਼ਨਸ ਵੀ ਕਰਦੇ ਨੇ ਔਰ ਫਿਰ ਜਿਹੜੇ ਖਾਸ ਤੌਰ ਤੇ 8 ਸਟੇਟਾਂ ਦੇ ਵਿੱਚ ਭਾਜਪੀ ਰੂਲ ਜਿਹੜੀਆਂ ਸਟੇਟਾਂ ਸੀ ਜਿਨ੍ਹਾਂ ਚ ਉਹਨਾਂ ਨੇ ਐਂਟਾਈ ਕਨਵਰਸ਼ਨ ਲਾਜ਼ ਵੀ ਲਿਆਂਦੇ ਔਰ ਉਹਨਾਂ ਨੇ ਲੇਟਲੀ ਅਸੀਂ ਦੇਖਿਆ ਕਿ ਈਵਨ ਯੂਪੀ ਔਰ ਬਿਹਾਰ ਦੇ ਵਿੱਚ ਜਿਹੜੇ ਮਦਰ ਜਿਹੜੇ ਸੈਕਰਡ ਹਾਰਟ ਸਕੂਲ ਔਰ ਮਦਰ ਮੇਰੀ ਉਰਦੂ ਨਾ ਦੇ ਉੱਤੇ ਜਿਹੜੇ ਸਥਾਪਿਤ 크੍ਰਿਸਚੀਅਨ ਸਕੂਲਸ ਨੇ ਉਹਨਾਂ ਦੇ ਉੱਤੇ ਵੀ ਅਟੈਕ ਕੀਤੇ ਕਿ ਜੀ ਇਹ ਬਾਈਬਲ ਪੜ੍ਹਾਉਂਦੇ ਨੇ ਔਰ ਇਹ ਹਿੰਦੂ ਦੇਵੀ ਦੇਵਤਿਆਂ ਨੂੰ ਬੁਰਾ ਭਲਾ ਕਹਿੰਦੇ ਨੇ ਜੋ ਇਹਨਾਂ ਦਾ ਅੰਦਾਜ਼ ਹੁੰਦਾ ਹੈ ਅੱਛਾ ਔਰ ਹੰਡਰਡਸ ਨਹੀਂ ਹਜ਼ਾਰਾਂ ਦੇ ਵਿੱਚ ਜੋ ਚਰਚਸ ਦੇ ਅਗੇਂਸਟ ਆਈਸਾਈਆਂ ਦੇ ਅਗੇਂਸਟ ਵਾਕਿਆਤ ਹੁੰਦੇ ਨੇ ਹੋ ਰਹੇ ਨੇ ਔਰ ਕਿਵੇਂ ਈਵਨ ਵੱਡੇ ਚਰਚਸ ਦੇ ਜਿਨ੍ਹਾਂ ਦੇ ਉਹ ਉੱਥੇ ਫੀਡ ਦਾ ਹੰਗਰੀ ਪ੍ਰੋਗਰਾਮ ਸੀ ਉਹਨਾਂ ਦੀਆਂ ਐਨ ਜੀਓਜ਼ ਦੇ ਉੱਥੇ ਪਾਬੰਦੀਆਂ ਲਾਈਆਂ ਨਤੀਜੇ ਦੇ ਤੌਰ ਤੇ ਹੋਰ ਕੀ ਆ ਗਿਆ ਜੀ ਇਹ ਤਾਂ ਫੀਡ ਦਾ ਹੰਗਰੀ ਦੇ ਨਾਂ ਥੱਲੇ ਕਨਵਰਸ਼ਨ ਕਰਦੇ ਨੇ ਹੁਣ ਇਹ ਸਾਰਾ ਪਾਰਟ ਚੱਲ ਰਿਹਾ ਸੀ ਬੜੀ ਤੇਜ਼ੀ ਨਾਲ ਔਰ ਉਹਨਾਂ ਦੇ ਰਾਡਾਰ ਦੇ ਉੱਤੇ ਆਰ ਐਸ ਐਸ ਦੇ ਦੋਨੋਂ ਹੀ ਈਸਾਈ ਵੀ ਔਰ ਮੁਸਲਮਾਨ ਵੀ ਬਰਾਬਰੀ ਨਾਲ ਉਹਨਾਂ ਤੇ ਵਾਰ ਹੋ ਰਿਹਾ ਸੀ ਪਰ ਅਸੀਂ ਪਿਛਲੇ ਕੁਝ ਪੀਰੀਅਡ ਚ ਅਚਾਨਕ ਇਹ ਦੇਖਣਾ ਸ਼ੁਰੂ ਕੀਤਾ ਰਿਹਾ ਇਸ ਗੱਲ ਦਾ ਧਿਆਨ ਰਹੇ ਕਿ ਇਸਾਈ ਪੋਪੂਲੇਸ਼ਨ ਭਾਰਤ ਦੇ ਵਿੱਚ ਸਿੱਖਾਂ ਨਾਲੋਂ ਜ਼ਿਆਦਾ ਹੈ ਪੋਲੀਟੀਕਲੀ ਕੋਈ ਬਹੁਤੇ ਆਫ ਕਾਂਸਿਕਵੈਂਸ ਨਹੀਂ ਹੈ ਕਿਉਂਕਿ ਉਹ ਕਾਫੀ ਖਿਲਰੇ ਹੋਏ ਨੇ ਫੈਲੇ ਹੋਏ ਨੇ ਕਈ ਪਾਸੇ ਸਿਰਫ ਇੱਕ ਸਟੇਟ ਭਾਰਤ ਦੀ ਹੈ ਜਿੱਥੇ ਕਿ ਇਸਾਈ ਵੋਟ ਬੜੀ ਕਨਸੋਲिडेटेड ਹੈ ਉੱਥੇ ਪੋਪੂਲੇਸ਼ਨ ਵੀ ਉਹਨਾਂ ਦੀ ਜ਼ਿਆਦਾ ਕੇਰਲਾ ਸਟੇਟ ਹੈ ਅੱਛਾ ਔਰ ਜਦੋਂ ਤੁਸੀਂ ਕ੍ਰਿਸਚੀਅਨਿਟੀ ਦਾ ਹਿਸਟਰੀ ਦੇਖੋ ਤੇ ਉਹ इवन ਜੀਸਸ ਜਿਹੜੇ ਕਿ ਲਗਭਗ 2022 ਸਾਲ ਪਹਿਲਾਂ ਹੋਏ ਇਹ ਜਿਹਨੂੰ ਅਸੀਂ 2022 ਸਾਲ ਕਹਿੰਦੇ ਆ ਜੀਸਸ ਦੇ ਜਨਮ ਨਾਲ जोडਿਆ ਹੋਇਆ ਔਰ ਜੀਸਸ ਦੇ ਜਨਮ ਤੋਂ ਜਾਂ ਉਹਦੀ ਕ੍ਰੂਸੀਫਿਕੇਸ਼ਨ ਤੋਂ ਕੁਝ ਸਾਲਾਂ ਦੇ ਵਿੱਚ ਵਿੱਚ ਜਿਹੜਾ ਪਹਿਲਾ ਕ੍ਰਿਸਚੀਅਨ ਸੰਤ ਆ ਕੇ ਕੇਰਲਾ ਦੇ ਵਿੱਚ ਸਮੁੰਦਰ ਆਈ ਆ ਕੇ ਆਪਣੀ ਥਾਂ ਬਣਾਉਂਦਾ ਹੈ ਸੇਂਟ ਥਾਮਸ ਔਰ ਉਸ ਦਾ ਪਹਿਲੀਆਂ ਸਦੀਆਂ ਚ ਮੁੜ ਲੀਆਂ ਸ਼ਾਇਦ 2-3 ਸਦੀਆਂ ਪਹਿਲਾਂ ਜਿਸਸਸ ਦੇ ਨਾਲ ਜਾਣ ਤੇ ਨਾਲ ਨਾਲ ਹੀ ਉਹ ਆ ਜਾਂਦਾ ਉਹ ਅੱਜ ਵੀ ਜਿਹੜਾ ਹੈ ਉੱਥੇ ਉਸ ਦਾ ਪੁਰਾਣਾ ਚਰਚ ਔਰ ਉਹਨਾਂ ਦੇ ਫਾਲੋਅਰ ਨੇ ਫਿਰ ਸੀਰੀਅਨ ਚਰਚ ਬਾਅਦ ਦੇ ਵਿੱਚ ਕੈਥੋਲਿਕ ਪ੍ਰੋਟੈਸਟੈਂਟ ਕੁੱਲ ਮਿਲਾ ਕੇ ਇਸ ਕਿਸਮ ਦਾ ਮੈਨੂੰ ਐਗਜ਼ੈਕਟ ਪੋਪੂਲੇਸ਼ਨ ਦਾ ਮੈਂ ਲੇਟੈਸਟ ਫਿਗਰਸ ਨਹੀਂ ਦੇਖੀ ਹੈ ਲੇਕਿਨ ਕੇਰਲਾ ਇੱਕੋ ਇੱਕ ਐਸੀ ਸਟੇਟ ਹੈ ਜਿੱਥੇ 크ਰਿਸਚੀਅਨ ਚੀਫ ਮਿਨਿਸਟਰ ਵੀ ਬਣ ਸਕਦਾ ਹੈ ਔਰ ਉਹਨਾਂ ਦੀ ਸਾਈਜ਼ੇਬਲ ਪੋਪੂਲੇਸ਼ਨ ਜਿਹੜੀ ਹੈ ਉਹ ਲੋਕਲ ਅਸੈਂਬਲੀ ਔਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਹੈ ਸਾਰੇ ਚੋਣ ਪ੍ਰੋਸੈਸ ਨੂੰ ਵੀ ਕੇਰਲਾ ਤੋਂ ਹੀ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਕਾਂਗਰਸ ਦੀ ਹਕੂਮਤ ਦੇ ਵਿੱਚ ਦਿੱਲੀ 'ਚ ਵਜ਼ੀਰ ਵੀ ਰਹੇ ਡਿਫੈਂਸ ਮਿਨਿਸਟਰ ਵੀ ਰਿਹਾ ਉੱਥੋਂ ਦਾ ਹੁਣ ਕੇਰਲਾ ਦੇ ਵਿੱਚ ਦੂਸਰੀ ਮਾਈਨੋਰਟੀ ਜਿਹੜੀ ਹੈ ਵੱਡੀ ਗਿਣਤੀ ਦੇ ਵਿਜਨਾਂ ਦੇ ਕੋਲ ਦੋ ਤਿੰਨ ਜ਼ਿਲ੍ਹਿਆਂ 'ਚ ਤਾਂ ਉਹਨਾਂ ਦੀ ਬਿਲਕੁਲ ਐਬਸੋਲਿਊਟ ਮੈਜੋਰਿਟੀ ਹੈ ਜੀ ਉਹ ਮੁਸਲਮਾਨ ਪਾਪੂਲੇਸ਼ਨ ਔਰ ਉਹ ਮੁਸਲਮਾਨ ਹੁਣ ਜਦੋਂ ਯੂਪੀ ਬਿਹਾਰ ਜਾਂ ਦੂਜੇ ਤੀਜੇ 'ਚ ਹੁੰਦਾ ਇਹਨਾਂ ਨੂੰ ਤਾਂ ਇਹ ਨਾ ਦੇ ਕੇ ਘਰ ਵਾਪਸੀ ਕਰਾਈ ਜਾਂਦੀ ਹੈ ਕਿ ਜਿਵੇਂ ਜਦੋਂ ਦਿੱਲੀ ਤਖਤ ਦੇ ਉੱਤੇ ਮੁਗਲਾਂ ਦਾਜ ਜਾਂ ਉਸ ਤੋਂ ਪਹਿਲਾਂ ਜਿਹੜਾ ਪਠਾਣਾ ਦਾ ਜਾਂ ਉਸ ਤੋਂ ਪਹਿਲਾਂ ਹਮਲਾਵਰ ਜਿਹੜੇ ਆਂਦੇ ਰਹੇ ਉਹਨਾਂ ਦਾ ਮਹਿਮੂਦ ਗਜ਼ਨਵੀ ਤੋਂ ਸੋਮਨਾਥ ਮੰਦਰ ਤੋਂ ਸ਼ੁਰੂ ਕਰ ਲੈਂਦੇ ਨੇ ਕਿ ਜੀ ਇਹ ਜਿਹੜੇ ਨੇ ਜ਼ਬਰਦਸਤੀ ਕਨਵਰਟ ਕੀਤੇ ਗਏ ਮੁਸਲਮਾਨ ਨੇ ਹੁਣ ਜਦੋਂ ਕੇਰਲਾ ਦੇ ਮੁਸਲਮਾਨਾਂ ਦੀ ਗੱਲ ਹੁੰਦੀ ਹੈ ਕੇਰਲਾ ਤਾਂ ਕਦੇ ਵੀ ਜਿਹੜਾ ਦਿੱਲੀ ਸਾਮਰਾਜ ਜਿਹੜਾ ਵੀ ਉੱਥੇ ਆਂਦਾ ਰਿਹਾ ਉਹਦਾ ਕਦੇ ਹਿੱਸਾ ਨਹੀਂ ਰਿਹਾ ਔਰ ਜਿਹੜਾ ਕੇਰਲਾ ਦੇ ਵਿੱਚ ਇਸਲਾਮ ਵੀ ਆਂਦਾ ਉਹ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜਾ ਉਹ وفات پاਣ ਦੇ ਬਹੁਤ ਥੋੜੇ ਵਕਤ ਬਾਅਦ ਹੀ ਉੱਥੇ ਪਹਿਲੇ ਮੁਸਲਮਾਨ ਔਰ ਉਹ ਅਰਬ ਵਪਾਰੀ ਨੇ ਜਿਹੜੇ ਅਰਬ ਸਮੁੰਦਰ ਆਈ ਆਏ ਵਪਾਰੀ ਜਿਹੜੇ ਸੀ ਉਹਨਾਂ ਦੇ ਰਾਈਂ ਜਿਹੜਾ ਉੱਥੇ ਮੈਸੇਜ ਪਹੁੰਚਦਾ ਔਰ ਪੁਰਾਣੀ ਮਸਜਿਦ ਸਦੀਆਂ ਪੁਰਾਣੀ ਉੱਥੇ ਮੌਜੂਦ ਹੈ ਸੋ ਉੱਥੇ ਕੋਈ ਵੀ ਔਰ ਕੇਰਲਾ ਜਿੱਥੇ ਭਾਰਤ ਦੀ ਇੱਕ ਮੋਸਟ ਲਿਟਰੇਟ ਸਟੇਟ ਹੈ ਉੱਥੇ ਉੱਥੋਂ ਦੇ ਅ ਕ੍ਰਿਸਚੀਅਨ ਮੁਸਲਮਾਨ ਔਰ ਹਿੰਦੂ ਹਿੰਦੂ ਇਸ ਗੱਲ ਦਾ ਵੀ ਧਿਆਨ ਰਹਿ ਕਿ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਤੁਸੀਂ ਡੈਡੀਕੇਟਿਡ ਬ੍ਰਾਹਮਣ ਕਹਿਣਾ ਹੋਏ ਜਾਂ ਜਿਨ੍ਹਾਂ ਨੇ ਬ੍ਰਾਹਮਣਵਾਦ ਖਾਸ ਤੌਰ ਤੇ ਉਹਨਾਂ ਦੇ ਰਿਚੁਅਲਸ ਨੂੰ ਫਰਮ ਫੂਟਿੰਗ ਤੇ ਕੀਤਾ ਉਹਦੇ ਚ ਵੀ ਕੇਰਲਾ ਅੱਗੇ ਅੱਗੇ ਔਰ ਇਸ ਗੱਲ ਦਾ ਧਿਆਨ ਰਹਿ ਕਿ ਸ਼ੰਕਰਾ ਜਿਹਦੇ ਜਿਹਨੂੰ ਆਚਾਰੀਆ ਗ੍ਰੇਟ ਟੀਚਰ ਕਿਹਾ ਜਾਂਦਾ ਔਰ ਸ਼ੰਕਰਾਚਾਰੀਆ ਜਿਨੇ ਇੱਕ ਸਟੇਜ ਤੇ ਬੁੱਧਿਜ਼ਮ ਦਾ ਸਫਾਇਆ ਕੀਤਾ ਹੈ ਸ਼ਾਸਤਰ ਔਰ ਸ਼ਸਤਰ ਦੋਨਾਂ ਦਾ ਸਹਾਰਾ ਲੈ ਕੇ ਉਹ ਇੱਕ ਨੰਬੂਦਰੀ ਜਾਤ ਦਾ ਬ੍ਰਾਹਮਣ ਸੀ ਔਰ ਨੰਬੂਦਰੀ ਬ੍ਰਾਹਮਣ ਇਹ ਉਹਨਾਂ ਦੀ ਪੂਰੀ 벨ਟ ਹੈ ਜਿੱਥੇ ਕਿ ਰਿਚੁਅਲਸ ਕਰਨ ਵਾਲੇ ਔਰ ਦੂਸਰੇ ਉੱਥੇ ਪੈਦਾ ਹੋਏ ਸੋ ਸ਼ੰਕਰਾ ਦਾ ਜਨਮ ਜਿਹੜਾ ਅੱਜ ਦੀ ਕੇਰਲਾ ਸਟੇਟ ਦੇ ਵਿੱਚ ਹੀ ਹੋਇਆ ਸੋ ਉੱਥੇ ਇਹਦੇ باوجود ਕਿ ਐਕਸਟ੍ਰੀਮ ਲਾਈਨ ਦੇ ਜਿਹੜੇ ਨੇ ਬ੍ਰਾਹਮਣ ਔਰ ਅਰਬ ਦੇ ਚੋ ਆ ਕੇ ਜਿਹੜੇ ਇਸਲਾਮ ਦਾ ਮੈਸੇਜ ਪਲਸ ਜਿਹੜਾ ਸਮੁੰਦਰੀ ਰਸਤੇ ਰਾਇਨ ਸਿੰਟ ਥਾਮਸ ਬਾਅਦ ਸੀਰੀਅਨ ਚਰਚ ਔਰ ਦੂਸਰੇ ਚਰਚੀਜ਼ ਦਾ ਰਹਾ ਹੈ ਲੇਕਿਨ ਤੁਹਾਨੂੰ ਕੇਰਲਾ ਦੇ ਵਿੱਚ ਕਦੇ ਵੀ ਇਸ ਕਿਸਮ ਦੀ ਫਿਰਕੂ ਨਫਰਤ ਕਦੇ ਨਜ਼ਰ ਨਹੀਂ ਆਂਦੀ ਜਾਂ ਨਜ਼ਰ ਨਹੀਂ ਆਈ ਔਰ ਉਹਨਾਂ ਦਾ ਇੱਕ ਵੱਡਾ ਤਬਕਾ ਔਰ ਜੇ ਪਹਿਲਿਆਂ 47 ਤੋਂ ਬਾਅਦ ਕਿਸੇ ਸਟੇਟ ਦੇ ਵਿੱਚ ਕਮਿਊਨਿਸਟਾਂ ਦੀ ਹਕੂਮਤ ਬਣਦੀ ਹੈ ਤੇ ਉਹ ਕੇਰਲ ਹੈ ਕਈ ਵਾਰੀ ਇਹ ਵੀ ਔਰ ਇਹ ਉਹਨਾਂ ਦਾ ਪਰੋਗਰੈਸਿਵ ਹੋਣ ਦੇ ਨਾਲ ਵੀ ਉਹਨੂੰ ਜੋੜਿਆ ਜਾਂਦਾ ਹੈ ਉਹਨਾਂ ਦਾ ਲਿਟਰੇਟ ਹੋਣ ਦੇ ਨਾਲ ਵੀ ਜੋੜਿਆ ਜਾਂਦਾ ਹੈ ਨੰਬੂਦਰੀਪਾਦ ਜਿਹੜਾ ਲੈਫਟ ਸੀ ਲੰਬਾ ਵਕਤ ਚੀਫ ਮਿਨਿਸਟਰ ਹੈ ਅੱਛਾ ਲੇਕਿਨ ਭਾਜਪੀ ਦਾ ਆਰਐਸਐਸ ਦਾ ਏ ਜ਼ੋਰ ਲੱਗਾ ਕਿਉਂਕਿ ਉਹਨਾਂ ਦੇ ਦਾ ਫੁੱਟਹੋਲਡ ਹੀ ਆਰਐਸਐਸ ਦਾ ਉਦੋਂ ਬਣਦਾ ਹੈ ਜਦੋਂ ਕਿ ਮਜ਼ਹਬ ਦੇ ਨਾਂ ਤੇ ਨਫ਼ਰਤ ਫੈਲਾ ਕੇ ਉਹ ਤ੍ਰੂਵੀਕਰਨ ਕਰਦੇ ਨੇ ਪੋਲਰਾਈਜ਼ ਕਰਦੇ ਨੇ ਅੱਛਾ ਸੋ ਕੇਰਲਾ ਚ ਇਹਨਾਂ ਨੇ ਵੱਖ-ਵੱਖ ਤਰੀਕੇ ਕੀਤੇ ਜਿਨੇ ਦਿੱਲੀ ਦਾ ਮੈਟਰੋ ਸਿਸਟਮ ਬਣਾਇਆ ਹੈ ਉਹਨੂੰ ਜਿਹੜਾ ਹੈ ਬੀਜੇਪੀ ਜੁਆਇਨ ਕਰਵਾ ਕੇ ਹੁਣ ਇਲੈਕਸ਼ਨ ਵੀ ਲੜਵਾਈ ਲੇਕਿਨ ਬੀਜੇਪੀ ਦੇ ਪੈਰ ਜਿਹੜੇ ਨੇ ਉਹ ਕਦੇ ਵੀ ਕੇਰਲਾ ਦੇ ਵਿੱਚ ਨਹੀਂ ਲੱਗੇ ਔਰ ਉਹਦੇ ਵਿੱਚ ਮੁਸਲਮ ਲੀਗ ਜਿਹੜੀ ਹੈ ਉਹਨਾਂ ਦੇ ਆਪਣੇ ਐਮਪੀ ਵੀ ਰਹੇ ਨੇ ਮੁਸਲਮ ਪੋਪੂਲੇਸ਼ਨ ਦੇ ਵਿੱਚ ਔਰ ਉਹਨਾਂ ਦੀ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਉਹ ਈਸਾਈ ਹੋਣ ਮੁਸਲਮਾਨ ਹੋਣ ਜਾਂ ਈਵਨ ਹਿੰਦੂ ਹੋਣ ਉਹਨਾਂ ਦਾ ਇੱਕ ਆਪਣੇ ਕਿਸਮ ਦਾ ਸਹਿਚਾਰ ਰਿਹਾ ਹੈ ਜਿਹੜਾ ਅੱਜ ਤੱਕ ਵੀ ਕਾਇਮ ਹੈ ਹੁਣ ਹੁੰਦਾ ਇਹ ਹੈ ਕਿ ਬਈ ਕਈ ਵਾਰ ਤੁਹਾਨੂੰ ਇਹ ਲੱਗਦਾ ਹੈ ਕਿ ਬਈ ਤੁਸੀਂ ਫੋੜਾ ਕਿਤੇ ਹੋਰ ਹੁੰਦਾ ਹੈ ਤੇ ਚੀਰਾ ਤੁਸੀਂ ਕਿਤੇ ਹੋਰ ਦੇ ਰਹਾ ਹੁੰਦਾ ਹੁੰਦਾ ਬਿਲਕੁਲ ਪੰਜਾਬ ਦੇ حوالے ਨਾਲ ਅਸੀਂ ਕੱਲ ਡੀਟੇਲ ਚ ਗੱਲ ਕੀਤੀ ਕਿ ਬਈ ਪੰਜਾਬ ਚ ਕਿਵੇਂ ਨਕਲੀ ਪੈਸਟਰਾਂ ਨੂੰ ਉਭਾਰਿਆ ਗਿਆ ਔਰ ਜਿਹੜੇ ਅਸਲੀ ਚਰਚ ਵਾਲੇ ਨੇ ਉਹਨਾਂ ਦੇ ਬਿਸ਼ਪਸ ਨੇ ਔਰ ਉਹਨਾਂ ਦੇ ਡਾਇਓਸੀਸ ਦੇ ਇੰਚਾਰਜ ਔਰ ਉਹਨਾਂ ਦੇ ਪ੍ਰੀਸ ਨੇ ਜਲਸਾਜ਼ ਅਕਾਲ ਤਖਤ ਨੂੰ ਮਿਲ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਔਰ ਕਿਹਾ ਕਿ ਭਾਈ ਅਸੀਂ ਇਹਨਾਂ ਦੇ ਖਿਲਾਫ ਰਿਪੋਰਟ ਕਰਦੇ ਹਾਂ ਪੁਲਿਸ ਨੂੰ ਪਰ ਕਦੇ ਕਾਰਵਾਈ ਨਹੀਂ ਹੋਈ ਪਰ ਫਿਰ ਵੀ ਇਹ ਦੇ ਬਾਵਜੂਦ ਇੱਕ ਜਿਹੜਾ ਟਕਰਾਅ ਦਾ ਮਾਹੌਲ ਸਿਰਜਿਆ ਜਾਂਦਾ ਹੈ ਉਹਨਾਂ ਦੇ ਕੁਝ ਨਕਲੀ ਪੈਸਟਰਾਂ ਦੇ ਜਿਹੜੇ ਚਮਚੇ ਨੇ ਉਹ ਕਹਿੰਦੇ ਜੀ ਅਸੀਂ ਹਥਿਆਰਾਂ ਦੀ ਟ੍ਰੇਨਿੰਗ ਲਵਾਂਗੇ ਫਿਰ ਮੁਕਾਬਲਾ ਕਰਾਂਗੇ ਸਾਨੂੰ ਇਹ ਕਹਤਾ ਉਹ ਕਹਤਾ ਜਿਵੇਂ ਜਲੰਧਰ ਚੁਣਾ ਨੇ ਟ੍ਰੈਫਿਕ ਵੀ ਰੋਕਿਆ ਔਰ ਉਹ ਸਾਰਾ ਪਾਰਟ ਕੀਤਾ ਉਨ ਕੱਲ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕੁਝ ਮਹੀਨੇ ਪਹਿਲਾਂ ਤੱਕ ਜਿਹੜੇ ਭਾਜਪਾ ਵਾਲੇ ਜਾਂ ਆਰਐਸਐਸ ਵਾਲੇ ਸਿੱਖਾਂ ਨੂੰ ਤਾਨੇ ਮਾਰਦੇ ਸੀ ਜਾਂ ਇਵੇਂ ਇਹਨਾਂ ਦੇ ਮੀਡੀਆ 'ਚ ਲੰਬੇ-ਲੰਬੇ ਆਰਟੀਕਲ ਸੀ ਕਿ ਜੀ ਬਾਰਡਰ ਏਰੀਆਜ਼ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਜਿਹੜੇ ਨੇ ਉਹ ਇਸ ਇਸਾਈ ਕਨਵਰਟ ਹੋ ਰਹੇ ਨੇ ਸਖਾਂ ਚੋ ਖਾਸ ਤੌਰ ਤੇ ਦਲਤ ਸਖਾਂ ਚੋ ਸਿੱਖ ਲੀਡਰਸ਼ਿਪ ਕਿੱਥੇ ਸੁੱਤੀ ਹੋਈ ਹੈ ਇਹਨਾਂ ਨੂੰ ਇਹ ਆਰਐਸਐਸ ਦੇ ਖਿਲਾਫ ਤਾਂ ਬੋਲਦੇ ਨੇ ਔਰ ਆਰਐਸਐਸ ਦੇ ਖਿਲਾਫ ਤਾਂ ਅਕਾਲ ਤਖਤ ਦਾ ਗੁਰਮਤਾ ਕੀਤਾ ਹੋਇਆ ਹੈ ਕਿ ਆਰਐਸਐਸ ਨਾਲ ਸੇ ਕੋਆਪਰੇਟ ਨਾ ਕਰਨ ਪਰ ਇਹ ਆਪਣੇ ਇਸਾਈ ਬਣਨ ਤੋਂ ਕਿਉਂ ਨਹੀਂ ਇਸ ਨੂੰ ਇੱਕ ਸੀਰੀਅਸ ਚੈਲੰਜ ਦੇ ਤੌਰ ਤੇ ਲੈਂਦੇ ਪਰ ਜਦੋਂ ਹੁਣ ਸੱਚਮੁੱਚ ਸਿੱਖਾਂ ਨੇ ਇਸ ਨੂੰ ਖਾਸ ਤੌਰ ਤੇ ਨਕਲੀ ਪੈਸਟਰਾਂ ਦਾ ਇਹ ਤੋਂ ਕਾ ਫਰਾਡ ਹੀਲਿੰਗ ਦੇ ਨਾਂ ਥੱਲੇ ਇਹਨੂੰ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਤੇ ਇੱਕਦਮ ਅਸੀਂ ਦੇਖਦੇ ਆਂ ਕਿ ਆਰਐਸਐਸ ਦੇ ਫਰੰਟ ਤੇ ਜਾਂ ਹਿੰਦੂ ਤਵੀਆਂ ਦੇ ਫਰੰਟ ਤੇ ਬਿਲਕੁਲ ਸਟੋਨੀ ਸਾਇਲੈਂਸ ਹੁੰਦੀ ਹੈ ਉਹਨਾਂ ਚ ਕੋਈ ਬੋਲਦਾ ਤੱਕ ਨਹੀਂ ਕੋਈ ਰਿਐਕਟ ਨਹੀਂ ਕੋਈ ਆਵਾਜ਼ ਕਿਸੇ ਪਾਸਿਓਂ ਨਹੀਂ ਆਈ ਔਰ ਅਮਰਤਪਾਲ ਸਿੰਘ ਦੇ ਹਵਾਲੇ ਨਾਲ ਬਾਕੀ ਗੱਲਾਂ ਸਾਰੀਆਂ ਉਹ ਖਲਾਫਤ ਦੀਆਂ ਕਰ ਰਹੇ ਨੇ ਪਰ ਇਸ ਮੁੱਦੇ ਦੇ ਉੱਤੇ ਹਿੰਦੂ ਤਵੀਆਂ ਨੇ ਕਿ ਭਾਈ ਇਹ ਸਟੈਂਡ ਜਿਹੜਾ ਅਮਰਤਪਾਲ ਦਾ ਕਿਉਂਕਿ ਕੱਲ ਤੱਕ ਜੋ ਆਰਐਸਐਸ ਦਾ ਸਟੈਂਡ ਸੀ ਇਸਾਈਆਂ ਬਾਰੇ ਕਿੰਨੇ ਹਮਲੇ ਹਜ਼ਾਰਾਂ ਕੇਸ ਉਹਨਾਂ ਦੇ ਡਾਕੂਮੈਂਟਡ ਨੇ ਤੁਸੀਂ ਯੂਐਸ ਸਰਫ ਦੀਆਂ ਰਿਪੋਰਟਸ ਦੇਖੋ ਕਿ ਭਾਰਤ ਭਰ ਦੇ ਵਿੱਚ ਜਿਹੜਾ ਉਹ ਇਸਾਈਆਂ ਦੇ ਖਿਲਾਫ ਇਹਨਾਂ ਦੀ ਕੀ ਮਹਿੰਮ ਹੈ ਪਰ ਅਚਾਨਕ ਇਹ ਖਬਰ ਆਂਦੀ ਹੈ ਜਿਹਦੇ ਵਿੱਚ ਈਵਨ ਮਥਰੂ ਭੂਮੀ ਇਹਨੂੰ ਡੀਟੇਲਸ ਦੱਤਾ ਹੈ ਈਵਨ ਇਸ ਤੋਂ ਇਲਾਵਾ ਵੀ ਜਿਹੜੀ ਹੈ ਇੱਕ ਜੌਨ ਦਿਆਲ ਜਿਹੜਾ ਇਹਨਾਂ ਦਾ ਇੱਕ ਇਸਾਈ ਐਸ਼ਾ ਜਿੱਥੇ ਵਾਸ਼ਿੰਗਟਨ ਬੇਸਡ ਹੀ ਹੈ ਉਹਨੇ ਮਾਈਨੋਰਟੀ ਰਿਪੋਰਟ ਦੇ ਥੱਲੇ ਉਹਦੇ ਸ਼ੈਦਾ ਵਾਇਰ ਦੇ ਵਿੱਚ ਵੀ ਆਰਟੀਕਲ ਹੈ ਹੁਣ ਉਹਦੇ ਵਿੱਚ ਇਹਦਾ ਜohn Dyal ਦਾ ਆਰਟੀਕਲ ਹੈ why the christian community should steer clear of rss hand of friendship ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਦਾ ਕਾਫੀ ਦੇਰ ਤੋਂ ਯਤਨ ਚੱਲ ਰਿਹਾ ਸੀ ਕਿ ਇਸਾਈਆਂ ਦੇ ਨਾਲ ਉਹਨਾਂ ਨੂੰ ਵੀ ਇਹ ਲੱਗਾ ਕਿ ਵੀ ਇੱਕੋ ਵੇਲੇ ਜੇ ਤੁਸੀਂ ਮੁਸਲਮਾਨਾਂ ਹੋ ਰਸਾਈਆਂ ਦੋਨਾਂ ਨੂੰ ਨਿਸ਼ਾਨਾ ਬਣਾਉਂਦੇ ਹੋ ਤੇ ਮੁਸਲਮਾਨਾਂ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ 57 ਇਸਲਾਮਿਕ ਮੁਲਕ ਨੇ ਉਹ ਤਾਂ ਆਲਰੇਡੀ ਉਹਨਾਂ ਚੋਂ ਸਾਊਦੀ ਅਰੇਬੀਆ ਯੂਏਈ ਇਹ ਉਹ ਉਹ ਤਾਂ ਸ਼ੇਖ ਉਹਨਾਂ ਦੇ ਇੰਡੀਆ ਦੇ ਨਾਲ ਉੱਥੇ ਇਨਵੈਸਟਮੈਂਟ ਕਰਕੇ ਪੈਸੇ ਬਰਾਉਣ ਤੇ ਲੱਗੇ ਹੋਏ ਨੇ ਇਸ ਲਈ ਮੁਸਲਮਾਨਾਂ ਦਾ ਤਾਂ ਅਸੀਂ ਤਾਂ ਕਈ ਵਾਰੀ ਸੱਖਾਂ ਦੇ ਹਵਾਲੇ ਨਾਲ ਕਹਿੰਦੇ ਆਂ ਵੀ ਅਸੀਂ ਨੇਸ਼ਨਲੈਸ ਲੋਕ ਆਂ ਸਾਡਾ ਕੋਈ ਵਾਲੀ ਵਾਰਿਸ ਨਹੀਂ ਆ ਪਰ ਮੈਂ ਜਦੋਂ ਦੇਖਦਾ ਕਿ 20 ਕਰੋੜ ਮੁਸਲਮਾਨ ਭਾਰਤ ਦਾ ਜਿਹੜਾ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਇਹਦੇ باوجود ਕਿ 57 ਦੇਸ਼ ਜਿਹੜੇ ਨੇ ਮੁਲਕ ਮੁਸਲਮਾਨ ਵੀ ਨੇ ਔਰ ਦੁਨੀਆ ਦੇ 65 70% એનર્ਜੀ ਸੋਰਸਸ ਤੇ ਬੈਠੇ ਨੇ ਲੇਕਨ 크ਿਸਚIANS ਦੇ ਮਾਮਲੇ ਦਾ ਜ਼ਿਆਦਾ ਤੌਰ ਦੇ ਉੱਤੇ ਸਾਰਾ ਯੂਰਪ ਵੀ ਔਰ ਅਮਰੀਕਾ ਕੈਨੇਡਾ ਉਦੇ ਚ ਆਵਾਜ਼ ਪਹੁੰਚਦੀ ਹੈ ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਜਿਵੇਂ ਸਿੱਖਾਂ ਔਰ ਬੋਧੀਆਂ ਔਰ ਜੈਨੀਆਂ ਨੂੰ ਡੈਥ ਕਿਸ ਨਾਲ ਮਾਰਿਆ ਹੁਣ ਹੈ ਤਾਂ ਜਿਹੜੇ ਇਸਾਈ ਕਨਵਰਟ ਵੀ ਨਹੀਂ ਭਾਰਤ ਦੇ ਵਿੱਚ ਮੈਜੋਰਟੀ ਉਹ ਤੋਂ ਵਿਚਾਰੇ ਉਹਨਾਂ ਚੋਂ ਹੀ ਸ਼ੂਦਰਾਂ ਚੋਂ ਹੀ ਆਏ ਨੇ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ ਸੀ। ਅੱਛਾ ਉਹ ਪਹਿਲਾਂ ਹੀ ਇੱਕ ਅਸਾਸੀ ਕੰਤਰੀ ਦੇ ਵਿੱਚ ਜਿਉਂਦੇ ਨੇ ਔਰ ਇਸ ਤੇ ਉੱਤੇ ਹੀ ਸ਼ਾਇਦ ਜਦੋਂ ਅਸੀਂ ਕਦੇ ਗੱਲ ਕਰਦੇ ਆਏ ਕਹਿੰਦੇ ਆ ਕਿ ਭਾਈ ਉਹਨਾਂ ਵਿਚਾਰਿਆਂ ਨਾਲ ਜੋ ਜ਼ੁਲਮ ਹੋਏ ਨੇ ਜਾਂ ਜਿਹਨੂੰ ਅਰਾਮ ਖ਼ਿਵਾਲ ਦਾ ਜਦੋਂ ਮੈਂ ਇਹ ਹਵਾਲਾ ਦਿੰਦਾ ਕਿ ਭਾਈ ਉਹਨਾਂ ਨੇ ਕਿਹਾ ਕਿ ਆਹ ਸ਼ੂਦਰ ਕੇ ਲਈ ਹਿੰਦੁਸਤਾਨ ਗਮਖਾਨਾ ਹੈ ਦਰਦ ਇਨਸਾਨੀ ਸੇ ਇਸ ਬਸਤੀ ਦਾ ਦਿਲ ਬੇਗਾਨਾ ਹੈ ਗੋਨਾ ਬਾਰੇ ਤਾਂ ਕੋਈ ਜਿਹੜਾ ਉਹ ਦਰਦ ਹੈ ਹੀ ਨਹੀਂ ਹੈ ਬਿਲਕੁਲ ਸੋ ਉਹਨਾਂ ਨੂੰ ਵੀ ਇਹ ਲੱਗਾ ਹੋਵੇਗਾ ਕਿ ਪਾਈ ਚਲੋ ਅਸੀਂ ਜੇ ਇਹਨਾਂ ਦੀ ਛਤਰਛਾਇਆ ਸਾਨੂੰ ਮਿਲ ਜਾਂਦੀ ਹੈ ਸਾਡੀ ਘੱਟੋ ਘਾਟ ਜਿਸ ਕਿਸਮ ਦੀ ਵੀ ਜ਼ਿੰਦਗੀ ਚੱਲ ਰਹੀ ਹੈ ਉਹ ਉਹਦੇ ਚ ਕੋਈ ਸਾਡੇ ਤੇ ਜ਼ੁਲਮ ਨਹੀਂ ਹੁੰਦੇ ਤੇ ਕੋਈ ਨਹੀਂ ਇਹਨਾਂ ਦੀ ਜਿਹੜੀ ਹੈ ਉਹ ਕਬੂਲ ਲੋ ਜੋ ਵੀ ਹੈ ਇਹਨਾਂ ਦੀ ਸਰਦਾਰੀ ਔਰ ਇਸ ਚੋਂ ਖਬਰ ਇੱਕ ਪਾਸੇ ਕਿਉਂਕਿ ਜਦੋਂ ਇਹ ਜੌਨ ਦਿਯਾਲ ਦਾ ਇਹ ਆਰਟੀਕਲ ਫਰਵਰੀ 11 ਦੇ ਵਿੱਚ ਛਪਦਾ 2016 ਸੋ ਯਤਨ ਤਾਂ ਇਹਨਾਂ ਦੇ ਚੱਲ ਰਹੇ ਸੀ ਸਾਈਆਂ ਨੂੰ ਕਰਨ ਦੇ ਲਈ ਔਰ ਇਹ ਉਹਨੇ ਜੌਨ ਦਿਆਲ ਨੇ ਕਿਹਾ ਸੀ ਕਿ ਭਾਈ ਕਿਵੇਂ ਇੱਕ ਮੀਟਿੰਗ ਜਿਹਦੇ ਚ ਉਹ ਵੀ ਸ਼ਾਮਲ ਹੋਇਆ ਖੁਦ ਜਿਹੜੀ ਕੈਸ ਸੁਦਰਸ਼ਨ ਔਰ ਮੋਨ ਪਾਕਵਤ ਔਰ ਬਾਅਦ ਦੇ ਵਿੱਚ ਮੋਦੀ ਵੀ ਉਹਦੇ ਵਿੱਚ ਮੌਜੂਦ ਸੀ ਔਰ ਉਦੋਂ ਉਹਨਾਂ ਨੇ ਇਹ ਪ੍ਰਪੋਜ਼ ਕੀਤਾ ਸੀ ਕਿ ਜੇ ਅਸੀਂ ਇੱਕ 크ਿਸਚਨ ਆਊਟਫਿਟ ਸੰਗ ਦਾ ਬਣਾਣਾ ਚਾਹੁੰਦੇ ਔਰ ਉਹ ਸਾਰੇ ਦੇ ਉੱਤੇ ਉਹ ਉਹਨਾਂ ਨੇ ਖੜਾ ਵੀ ਕੀਤਾ ਹੋਏਗਾ ਲੇਕਿਨ ਜਿਹੜੀ ਖਬਰ ਅੱਜ ਮੈਂ ਜਦੋਂ ਮੈਂ ਦੇਖ ਰਿਹਾ ਹਾਂ ਵੀ ਇਹ ਪੰਜਾਬ ਦੇ ਮੁੱਦੇ ਦੇ ਉੱਤੇ ਹਿੰਦੂ ਤਵੀ ਲੀਡਰਾਂ ਦਾ ਬਿਲਕੁਲ ਚੁੱਪ ਗੜੋ ਪੋ ਜਾਣਾ ਜੀ ਔਰ ਇਸਾਈਆਂ ਦੇ ਉੱਤੇ ਲੇਟਲੀ ਅਸੀਂ ਉਹਨਾਂ ਦੇ ਹਮਲਿਆਂ ਦੀ ਕੋਈ ਵੱਧੀ ਖਬਰਾਂ ਦੇਖ ਨਹੀਂ ਰਹੇ ਤੇ ਇਹ ਖਬਰ ਜਿਹੜੀ ਅੱਜ ਸਾਰੇ ਪਾਸੇ ਲੱਗੀ ਹੈ ਆਰਐਸਐਸ ਜੁਆਇਨਸ ਹੈਂਡਸ ਵਿਦ 크ਰਿਸਚੀਅਨ ਕਮਿਊਨਿਟੀਜ਼ ਟੂ ਫਾਰਮ ਨਿਊ ਐਸੋਸੀਏਸ਼ਨ ਸੇਵ आवर ਨੇਸ਼ਨ ਇੰਡੀਆ ਹਮ ਹੁਣ ਇਹਦੇ 'ਚ ਇਹ ਹੈ ਕਿ ਹੁਣ ਇਹਦੇ 'ਚ ਦੋ ਐਂਗਲ ਆਰਐਸਐਸ ਇਹਦੇ ਜੋ حاصل ਕਰਨਾ ਚਾਹੁੰਦੇ ਇੱਕ ਤਾਂ ਉਹ ਵੈਸਟਰਨ ਕੰਟਰੀਜ਼ اور امریکہ ਉਹਨਾਂ ਦੀਆਂ ਨਜ਼ਰਾਂ 'ਚ ਬੁਰਾ ਬਣਨ ਤੋਂ ਬਚਣਾ ਚਾਹੁੰਦੇ ਕਿ ਅਸੀਂ ਦੇਖੋ ਕੁਝ ਨਹੀਂ ਕਰ ਰਹੇ ਜੀ ਕੇਰਲਾ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਯਤਨ ਕਰ ਲਏ ਰਾਈਟਿੰਗ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਜਿਹੜਾ ਇੱਕ ਸਾਬਰੀਮਾਲਾ ਮੰਦਿਰ ਕੇਸ ਦੇ ਮਾਮਲੇ ਦੇ ਵਿੱਚ ਉਹਨੂੰ ਪੂਰਾ ਉਹਦਾ ਫਿਰਕੂ ਕਰਨ ਵੀ ਕੀਤਾ ਪਰ ਉਹਦੇ ਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਉਹਦਾ ਫੁੱਟਹੋਲਡ ਕੋਈ ਉਹਨਾਂ ਦਾ ਐਮਐਲਏ ਵੀ ਨਹੀਂ ਬਣਿਆ ਐਮਪੀ ਤਾਂ ਦੂਰ ਸਭ ਡਿਫੀਟ ਹੋਏ ਜੀ ਹੁਣ ਉਹਨਾਂ ਨੂੰ ਇਹ ਲੱਗਾ ਕਿ ਵੀ ਜੇ ਕੇਰਲਾ ਦੇ ਵਿੱਚ 크ਿਸਚੀਅਨਸ ਨੂੰ ਪਟਾਰਿਆ ਜਾਏ ਉਹਨਾਂ ਦੇ ਚਰਚੇਜ਼ ਨੂੰ ਜਾਂ ਦੂਜੇ ਉਹਨਾਂ ਨੂੰ ਇਹ ਕਿਹਾ ਜਾਏ ਵੀ ਅਸੀਂ ਰੈਸਟ ਆਫ ਇੰਡੀਆ ਚ ਵੀ ਉਹਨਾਂ ਦੀ ਹਿਫਾਜ਼ਤ ਕਰਾਂਗੇ ਉਹਨਾਂ ਨੂੰ ਹਮਰਿਆਂ ਦਾ ਸ਼ਿਕਾਰ ਨਹੀਂ ਬਣਾਉਂਦੇ ਤੇ ਮੁਸਲਮਾਨਾ ਦੇ ਖਿਲਾਫ ਇਹਨਾਂ ਨੂੰ ਖੜਾ ਕਰ ਦਿੱਤਾ ਜਾਏ ਔਰ ਇਸ ਲਈ ਕੇਰਲਾ ਦੇ ਵਿੱਚ ਪਿਛਲੇ ਕੁਝ ਪੀਰੀਅਡ ਤੋਂ ਆਰਐਸਐਸ ਦੀਆਂ ਜੜੀਆਂ ਪ੍ਰਾਂਟਡ ਸਟੋਰੀਜ਼ ਲਵ ਜਿਹਾਦ ਕਿ ਜੀ ਇਹ ਜਿਹੜੇ ਕੇਰਲਾ ਦੇ ਮੁਸਲਮਾਨ ਨੇ ਇਹ ਲਵ ਜਿਹਾਦ ਦੇ ਥੱਲੇ ਕਨਵਰਟ ਕਰ ਰਹੇ ਨੇ ਔਰ ਕਿਉਂਕਿ ਇਸਾਈਆਂ ਦੇ ਵੀ ਸਾਈਜ਼ੇਬਲ ਪੋਪੂਲੇਸ਼ਨ ਹੈ ਥੋੜੀਆਂ ਬਹੁਤ ਘਟਨਾਵਾਂ ਕੁਦਰਤੀ ਵੀ ਹੁੰਦੀਆਂ ਨੇ ਉਹ ਇਸ ਸਮਾਜ 'ਚ ਕਿਹੜੀਆਂ ਨਹੀਂ ਹੁੰਦੀਆਂ ਅਮਰੀਕਾ 'ਚ ਹੁੰਦੀਆਂ ਸੋ ਉਹਦੇ ਥੱਲੇ ਮੈਂ ਸਮਝਦਾ ਹਾਂ ਵੀ ਇਹ ਉਹਨਾਂ ਦਾ ਇੱਕ ਪਾਸੇ ਪੰਜਾਬ ਦੇ ਵਿੱਚ ਉਹ ਫਾਇਦਾ ਚੁੱਕ ਰਹੇ ਨੇ ਆਲਰੇਡੀ ਸ਼ੁਰੂਆਤ ਹੋ ਗਈ ਕਿ ਭਈ ਜਿੱਥੇ ਸਿੱਧਾ ਸਿੱਧੀ ਭਾਜਪਾ ਨੇ ਆਪਣੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਜਿਸ ਲੈਵਲ ਦੇ ਬੰਦੇ ਪੰਜਾਬ ਚ ਕੈਪਟਨ ਅਮਰਿੰਦਰ ਤੋਂ ਲੈ ਕੇ ਵੱਡੇ ਵੱਡੇ ਆਪਣੇ ਚ ਰੜਾਏ ਪਰ ਪਿਛਲੀਆਂ ਐਸੈਂਬਲੀ ਚੋਣਾ ਵੇਲੇ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਦੀ ਗੱਲ ਬਣੀ ਨਹੀਂ ਕੋਈ ਸਿੱਖਾਂ ਨੂੰ ਪਲੀਜ਼ ਕਰਨ ਲਈ ਵੀ ਉਹਨਾਂ ਨੇ ਇਸ ਕਿਸਮ ਦੀ ਮੋਦੀ ਨਾਲ ਇੱਕ ਮੀਟਿੰਗ ਦੂਜੀ ਬਾਹਰ ਲੈ ਸ ਇੱਕ ਮੈਂ ਕਰਤਾਰਪੁਰ ਕੋਰੀਡੋਰ ਬਣਾਤਾ ਖੇਤੀ ਕਾਨੂੰਨ ਪਰ ਉਹ ਗੱਲ ਚੱਲ ਹੀ ਨਹੀਂ ਹੈ ਸੋ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਅਦਰਵਾਈਜ਼ ਡੇਰਾ ਕਲਚਰ ਹੈ ਜਿਹਦੇ ਥੱਲੇ ਅਸੀਂ ਦੇਖਦੇ ਆਂ ਵੀ ਕਿਵੇਂ ਉਹਨਾਂ ਨੇ ਇਹਨਾਂ ਸਾਰਾ ਬਾਬਾ ਡੰਮ ਨੂੰ ਉਬਾਰਿਆ ਸੌਦਾ ਸਾਧ ਦੀ ਉਦਾਹਰਨ ਸਾਡੇ ਸਾਹਮਣੇ ਪਰ ਇਸਾਈਆਂ ਦੇ ਨਾਲ ਟਕਰਾਅ ਦੀ ਲਾਈਨ ਥੱਲੇ ਜਿਵੇਂ ਅਸੀਂ ਕਿਹਾ ਸੀ ਕਿ ਪੰਜਾਬ 'ਚ ਇਸ ਮੁੱਦੇ ਨੂੰ ਹਵਾ ਵੀ ਦੇ ਰਹੇ ਨੇ ਕਿਉਂਕਿ ਉਹਨਾਂ ਨੇ ਕੋਈ ਕੇਸ ਉਹਨਾਂ ਦੇ ਖਿਲਾਫ ਨਹੀਂ ਰਜਿਸਟਰ ਕੀਤਾ ਔਰ ਇਹਦਾ ਵੀ ਬਾਹਰ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਜਿਹੜੇ ਤੁਸੀਂ ਖਾਲਿਸਤਾਨ ਰੈਫਰੈਂਡਮ ਜਾਂ ਖਾਲਿਸਤਾਨ ਬਾਦਲੇ ਸੱਖਾਂ ਦੀ ਕਰਦੇ ਹੋ ਇਹ ਦੇਖੋ ਇਹ ਈਸਾਈਆਂ ਨਾਲ ਕੀ ਕਰ ਰਹੇ ਹਨ ਔਰ ਆਪ ਚੁੱਪੋ ਕੇ ਬੈਠ ਗਏ ਆਪਣੇ ਉਹਨਾਂ ਨੇ ਫੀਲੇ ਖਲਾਰ ਦਿੱਤੇ ਨੇ ਸਾਰੇ ਪਾਸੇ ਕੇਰਲਾ ਦੇ ਵਿੱਚੋਂ ਈਸਾਈ ਪੋਪੂਲੇਸ਼ਨ ਨੂੰ ਇਸਤੇਮਾਲ ਕਰਨਗੇ ਅਗੇਂਸਟ ਮੁਸਲਮਸ ਵੋਟ ਬੈਂਕ ਦੇ ਤੌਰ ਤੇ ਵੀ ਔਰ ਇਸ ਖਬਰ ਦਾ ਤੱਤਸਾ ਰਿਹਾ ਕਿ ਜੀ ਚਰਚ ਨੇ ਜਿਹੜਾ ਕ੍ਰਿਸਚੀਅਨ ਚਰਚਸ ਡਿਫਰੈਂਟਲੀ ਉਹਨਾਂ ਦੇ ਨਾਲ ਉਹਨਾਂ ਦਾ ਸਮਝਾਤਾ ਹੋ ਗਿਆ ਔਰ ਇਹ ਉਹਨਾਂ ਨੇ ਜਿਹੜੇ ਦੋ ਆਰਗੇਨਾਈਜੇਸ਼ਨ ਬਣਾਈ ਹੈ ਔਰ ਨੇਸ਼ਨ ਇਹਨਾਂ ਦਾ ਪੂਰਾ ਉਹਨਾਂ ਨੇ ਨਾਰਕਿਆ ਸੇਵ ਔਰ ਨੇਸ਼ਨ ਇੰਡੀਆ ਉਹਦੇ ਚ ਆਰਐਸਐਸ ਨੇ ਕਿਹਾ ਜੀ ਅਸੀਂ ਬਹੁਤ ਕਟੋਰਤਾਦਾਰੀ ਲਵਾਂਗੇ ਅਸੀਂ ਤਾਂ ਕੋਆਰਡੀਨੇਟ ਕਰਾਂਗੇ ਤੁਹਾਡੇ ਸਾਰੇ ਉਹਦੇ ਹੁਣ ਇੱਕ ਪਾਸੇ ਤਾਂ ਹੁਣ ਤੁਸੀਂ ਸੇਵ ਔਰ ਨੇਸ਼ਨ ਇੰਡੀਆ ਤੋਂ ਲੱਗਦਾ ਹੈ ਕਿ ਜਿਵੇਂ ਕੇਰਲਾ ਦੇ ਮੁਸਲਮਾਨ ਵੀ ਇੰਡੀਆ ਨੂੰ ਤੋੜਨ ਤੇ ਲੱਗੇ ਹੋਏ ਨੇ ਔਰ ਦੋ ਏਜੰਡੇ ਜਿਹੜੇ ਇਸ ਸੇਵ ਆ ਨੈਸ਼ਨ ਇੰਡੀਆ ਦੇ ਉਹਨਾਂ ਨੇ ਦਿੱਤੇ ਉਹਦੇ ਚ ਉਹਨਾਂ ਨੇ ਇੱਕ ਤਾਂ ਇੰਟਾਈ ਡਰਗ ਕੈਂਪੇਨ ਕਹ ਜੀ ਇਹ ਡਰਗਸ ਦਾ ਔਰ ਦੂਸਰਾ ਲਵ ਜਿਹਾਦ ਉਹਨ ਤੁਹਾਨੂੰ ਇੰਟਾਈ ਡਰਗ ਕੈਂਪੇਨ ਥੱਲੇ ਤਾਂ ਹੋਇਆਗਾ ਜੀ ਚਲੋ ਕਮਿਊਨਿਟੀਜ਼ ਨੂੰ ਡਰਗ ਤੋਂ ਸੇਵ ਕਰਨ ਲਈ ਉਹਨਾਂ ਨੇ ਕੀਤਾ ਉਹਨੂੰ ਸੋਸ਼ਲ ਜਾਂ ਕਾਮਨ ਜੇ ਰੱਖ ਲਿਆ ਪਰ ਅਸਲੀ ਗੱਲ ਲਵ ਜਿਹਾਦ ਦੇ ਨਾਂ ਥੱਲੇ ਹੁਣ ਲਵ ਜਿਹਾਦ ਜਿਹਾਦ ਇਸਲਾਮ ਦੇ ਨਾਲ ਜੋੜਿਆ ਜਾਂਦਾ ਔਰ ਇੱਕ ਪਾਸੇ ਮੌਨ ਪਾਕਵਤ ਜਿਹੜਾ ਉਹ ਇਹ ਕਹਿ ਰਿਹਾ ਜੀ ਜਦੋਂ ਮੁਸਲਮਾਨ ਲਫ਼ਜ਼ ਕਾਫਰ ਕਹਿੰਦੇ ਨੇ ਉਹ ਕੋਈ ਹਿੰਦੂਆਂ ਦੇ ਲਈ ਕੋਈ ਡਰਾਗਟਰੀ ਲਫ਼ਜ਼ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਉਹਨਾਂ ਨੂੰ ਜਿਹਹਾਦੀ ਕਹਿਣਾ ਇਹ ਠੀਕ ਹੈ ਇਸ ਕਿਸਮ ਦਾ ਉਹ ਇਸਲਾਮਿਕ ਵਰਲਡ ਨੂੰ ਵੀ ਇੱਕ ਕਿਸਮ ਦਾ ਜਿਹੜਾ ਉਹ ਬਾਮਰਾਣ ਦੀ ਕੋਸ਼ਿਸ਼ ਹੈ ਬਾਹਰੋਂ ਪਰ ਅੰਦਰੋਂ ਨੀਤੀਆਂ ਉਹਨਾਂ ਦੀਆਂ ਬਰਾਬਰ ਜਾ ਰਹੀ ਨੇ ਔਰ ਇਸ ਬਾਰੇ ਉਹਨਾਂ ਨੇ 23 ਅਕਤੂਬਰ ਨੂੰ ਜਿਹੜਾ ਇੱਕ ਵੱਡਾ ਇਕ ਸੈਸ਼ਨ ਸੱਦਿਆ ਇਸ ਜਥੇਬੰਦੀ ਨੂੰ ਪੈਰਾਂ ਤੇ ਕਰਨ ਦੇ ਲਈ ਔਰ ਇਸੇ ਤਰ੍ਹਾਂ ਪਹਿਲਾ ਪ੍ਰੋਗਰਾਮ ਜਿਹੜੀ ਨਵੀਂ ਪਾਰਟੀ ਦੇ ਨਾਂ ਥੱਲੇ ਸੇਵ ਆਰ ਨੇਸ਼ਨ ਇੰਡੀਆ ਉਹ ਕੋਚੀ ਦੇ ਵਿੱਚ ਕੀਤਾ ਜਾ ਰਿਹਾ ਜਿਹਦੇ ਵਿੱਚ ਐਮਪੀ ਸੁਰੇਸ਼ ਗੋਪੀ ਜ਼ਾਰ ਹੈ ਉਹ ਔਰ ਪੀਟੀ 우ਸ਼ਾ ਜਿਹੜੀ ਦੁਨੀਆ ਦੀ ਇੱਕ ਚੰਗੀ ਦੌੜਾਕ ਹੈ ਉਹਨੇ ਮੈਡਲ ਜਿੱਤਿਆ ਹੋਇਆ ਔਰ ਜਸਟਿਸ ਕੇ ਅਬਰਾਹਮ ਮੈਥਿਊ ਇਹ ਜਿਹੜੇ ਨੇ ਉਹਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਦਾ ਨਿਊ ਆਰਗੇਨਾਈਜੇਸ਼ਨ ਇਜ਼ ਬੀਇੰਗ ਫਾਰਮਡ ਐਜ਼ ਅ ਕੰਟੀਨਿਊਏਸ਼ਨ ਆਫ ਦਾ ਡਿਬੇਟਸ ਹੈਲਡ ਅੰਡਰ ਅੰਡਰ ਆਰਐਸਐਸ ਐਂਡ ਚਰਚ ਲੀਡਰਸ਼ਿਪ ਇਟ ਹੈਜ਼ ਬੀਨ ਹਿੰਟਡ ਥੈਟ ਆਰਗੇਨਾਈਜੇਸ਼ਨ ਵੁੱਡ ਟੇਕ ਅਪ ਦਾ ਸਬਜੈਕਟ ਸੱਚ ਐਜ਼ ਲਵ ਜਿਹਹਾਦ ਸੋ ਹੁਣ ਤੁਸੀਂ ਇਹ ਦੇਖੋ ਕਿ ਵੀ ਕਿਸ ਚਲਾਕੀ ਦੇ ਨਾਲ ਜਿਹੜਾ ਨਫਰਤ ਦਾ ਅਜੰਡਾ ਡਿਵਾਈਡ ਐਂਡ ਰੂਲ ਦਾ ਏਜੰਡਾ ਔਰ ਪਿਟਿੰਗ ਵਨ ਮਾਈਨੋਰਟੀ ਅਗੇਂਸਟ ਦ ਆਦਰ ਪਹਿਲਾ ਉਹਨਾਂ ਨੇ ਸਿੱਖਾਂ ਬੋਧੀਆਂ ਜੈਨੀਆਂ ਨੂੰ ਇਹ ਕਹਿ ਕੇ ਕਿ ਇਹ ਤਾਂ ਜੀ ਸਾਡੇ ਹਿੰਦੂਤਵਾ ਦਾ ਇਹ ਹਿੱਸਾ ਨਹੀਂ ਮੁਸਲਮਾਨਾ ਔਰ ਇਸਾਈਆਂ ਨੂੰ ਟਾਰਗੇਟ ਕੀਤਾ ਹੁਣ ਈਵਨ ਇਹਨਾਂ ਦੋਨਾਂ ਨੂੰ ਜਿਹੜੇ ਵਿਕਟਮ ਜਿਹੜੇ ਵਿਕਟਮ ਬਣੇ ਹੋਏ ਸੀ ਉਹਨਾਂ ਚ ਉਹਨਾਂ ਦੋਨਾਂ ਵਿਕਟਮਸ ਨੂੰ ਪੜਾਣ ਦਾ ਔਰ ਉਹ ਵੀ ਕੇਰਲਾ ਵਰਗੀ ਸਟੇਟ ਜਿੱਥੇ ਕਿ ਬਿਲਕੁਲ ਜਿਹੜੀ ਹੈ ਆਪਸੀ ਸਹਿਚਾਰ ਹੈ ਔਰ politically bjp ਦੇ ਪੈਰ ਨਹੀਂ ਲੱਗੇ ਇਹਦੇ ਨਾਲ ਸੋਸ਼ਲ ਨਫਰਤ ਵੀ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖਾਂਗੇ ਕਿ ਉੱਥੇ ਰਾਈਟਿੰਗ ਵੀ ਹੋਏਗੀ ਮੁਸਲਮਾਨਾਂ ਔਰ ਇਸਾਈਆਂ ਦੇ ਵਿੱਚ ਲਵ ਜਿਹਾਦ ਉਹਨਾਂ ਨੇ ਆਲਰੇਡੀ ਅਜੰਡੇ ਤੇ ਲੈ ਆਂਦਾ ਤੇ ਪੰਜਾਬ ਦੇ ਕੇਸ ਚ ਵੀ ਕਿਉਂਕਿ ਅਸੀਂ ਇਹ ਦੇਖਦੇ ਆਂ ਕਿ ਆ ਸੁਪਰੀਮ ਕੋਰਟ ਦੇ ਸਾਹਮਣੇ ਵੀ ਜਿਹੜੀਆਂ ਰਿਪੋਰਟਾਂਆਂ ਨੇ ਹਜ਼ਾਰਾਂ ਕੇਸ ਅਗੇਂਸਟ ਜਿਹੜੀ ਕ੍ਰਿਸਚੀਅਨਸ ਦੇ ਅਟੈਕਸ ਦੇ ਡਾਕੂਮੈਂਟਡ ਨੇ ਪੰਜਾਬ ਦੇ ਵਿੱਚ ਕਦੇ ਕੋਈ ਕੇਸ ਨਹੀਂ ਹੋਇਆ ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਿਹੜਾ ਪੰਜਾਬ ਦੇ ਨਕਲੀ ਪੈਸਟਰਾਂ ਦੇ ਨਾਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕਿਉਂਕਿ ਮੇਨ ਚਰਚ ਦੇ ਨਾਲ ਤਾਂ ਝਗੜਾ ਨਹੀਂ ਹੈ ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਤਾਂ ਕਿਹਾ ਜੀ ਅਸੀਂ ਇਹਨਾਂ ਦਾ ਜਿਹੜੇ ਝਾੜੀ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਸੋ ਇੱਕ ਪਾਸੇ ਕੇਰਲਾ ਦੇ ਵਿੱਚ ਮੁਸਲਮਾਨਾਂ ਨੂੰ ਆਈਸੋਲੇਟ ਕੀਤਾ ਜਾਏਗਾ ਉਸ ਦਾ ਫਾਇਦਾ ਚੁੱਕ ਕੇ 크ਿਸਚੀਅਨਸ ਨੂੰ ਢਾਲ ਬਣਾ ਕੇ ਬਾਕੀ ਪਾਵਾਂ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਵੀ ਸਿੱਖਾਂ ਦੇ ਅਗੇਂਸਟ ਇਸ ਨੂੰ ਪੁਖਤਾਇਆ ਜਾਏਗਾ ਸੋ ਇਹ ਅਸਲ ਦੇ ਵਿੱਚ ਆਰਐਸਐਸ ਦਾ ਅਜੰਡਾ ਹੈ ਜਿਸ ਦੇ ਉੱਤੇ ਉਹਰੇ ਐਕਸਪਲੇਨ ਕਰਦਾ ਹੈ ਕਿ ਜੋ ਪੰਜਾਬ ਦੇ ਵਿੱਚ ਘਟਨਾਵਾਂ ਹੋਈਆਂ ਨੇ ਜਾਲੀ ਇਸਾਈ ਪਾਸਟਰ ਔਰ ਸਿੱਖ ਐਕਟਿਵਿਸਟ ਦੇ ਵਿਚਾਲੇ ਉਸ ਦੇ ਉੱਤੇ ਆਰਐਸਐਸ ਦੀ ਚੁੱਪੀ ਦਾ ਕੀ ਮਤਲਬ ਹੈ ਜੀ ਰਾਸਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਨ ਸਾਡੇ ਦਰਸ਼ਕਾਂ ਨਾਲ ਸਾਝੇ ਕੀਤੇ ਨੇ ਸੋ ਅਥੇ ਲੈਨੇ ਬ੍ਰੇਕ ਵਰ ਬ੍ਰੇਕ ਤੇ ਜਾਂਦੇ ਪਹਿਲਾਂ ਅਸੀਂ ਦਰਸ਼ਕਾਂ ਦੀ ਸੁਰਤਿਆਂ ਨੂੰ ਅਪੀਲ ਤੇ ਬੇਨਤੀ ਕੀਤੀ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇਹ ਰਿਪੋਰਟ ਇੱਕ ਪੰਥਕ ਚਾਨਣ ਹੈ ਟੀਵੀ ਰਿਪੋਰਟ ਦੀ ਚਰਦੀ ਕਲਾਰੀ ਬਾਤਵਾਤ ਦੋਨੇਟ ਕਰੋ ਦੋਨੇਟ ਕਰਨ ਲਈ ਸਾਡੀ ਵੈਬਸਾਈਟ ਟੀਵੀ ਰਿਪੋਰਟ.ਚੀਵੀ ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 24 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨਿਊ ਲੌਂਗ ਆਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵਿੱਚ ਸੰਪਰਕ ਕਰ ਸਕਦੇ ਹੋ ਸਾਡੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv24.tv ਤੇ ਅਸੀਂ ਤੁਹਾਡੇ ਤਾਇਦ ਦੋ ਸ਼ੁਕੁਰਗਜ਼ਾਰ ਹੋਵਾਂਗੇ ਸੋ ਅੱਥੇ ਲੈਨੇ ਬ੍ਰੇਕ viewers ਤੁਸੀਂ ਅਣੇ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜੇ ਪੱਕੇ ਇਤਬਾਰ